ਅਗਲੇ ਪਾਸੇ ਸਾਰਾ ਚੋਲਿਸਤਾਨ ਹੈਗਾ ਤੇ ਉੱਥੇ ਜੀਪ ਰੈਲੀ ਹੁੰਦੀ ਆ ਬੜੀ ਵੱਡੀ ਜੀਪ ਰੈਲੀ ਹੁੰਦੀ ਆ ਇਹ ਸਾਰੇ ਇਹ ਇਹਨੇ ਕਰਨੇ ਕੋ ਤੇਜ਼ ਹੁੰਦਾ ਘੋੜਾ ਹਾਂਜੀ ਤੇ ਇਹ ਤਾਂ ਜਿਹੜਾ ਨਾ ਇਹ ਨੇਚਰ ਵਾਈਜ਼ ਇਹ ਜਿਹੜੀ ਨਸਲ ਹੈ ਇਹ ਕਿਸ ਤਰ੍ਹਾਂ ਦੀ ਇਹਦੇ ਨੇਚਰ ਬਾਰੇ ਦੱਸੋ ਹਾਂ ਜੀ ਮੈਂ ਕਿਹਾ ਦੋਸਤਾਂ ਨੂੰ ਕਰੀਬ ਤੋਂ ਜਾ ਕੇ ਦਿਖਾਉਂਦੇ ਆ ਭਾਈ ਹੁਣਾਂ ਦਾ ਸ਼ੌਕ ਇਹ ਤਰਾਬ ਭਾਈ ਦੀ ਘੋੜੀ ਇਹ ਆਪਣੀ ਚੋਲਿਸਤਾਨੀ ਨਸਲ ਹੀ ਚੋਲਿਸਤਾਨੀ ਦੇ ਵਿੱਚੋਂ ਵਲੈਤੀ ਕ੍ਰਾਸ ਕਰਵਾ ਕੇ ਨਾ ਇਹ ਦੋਗਲੀ ਲੋ ਜੀ ਰਾਈਟ ਹੈਂਡ ਹੋ ਗਈ ਆ ਥੇਤਰ ਸਾਹਿਬ ਗਏ ਨੇ ਉੱਤਰ ਹਾਂਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਵੈਲਕਮ ਹੈ ਜੀ ਤੁਹਾਡਾ ਆਪਦੇ ਚੈਨਲ ਟੀਮ ਦੇਸੀ ਵਲੌਗ ਦੇ ਵਿੱਚ ਮੈਂ ਤੁਹਾਡਾ ਭਰਾ ਅਹਿਮਦ ਅੱਜ ਸਾਡਾ ਯਾਰ ਤੁਹਾਡਾ ਭਰਾ ਅਤਰ ਅਲੀ ਅੱਜ ਫਿਰ ਹਾਜ਼ਰ ਹਾਂ ਇੱਕ ਨਵੇਂ ਵਲੌਗ ਦੇ ਨਾਲ ਅਤੇ ਚੜ੍ਹਦੇ ਲੈਂਦੇ ਵਾਲਿਓ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਅਤੇ ਸਲਾਮ ਅਲੈਕਮ ਸਾਰਿਆਂ ਨੂੰ ਅੱਜ ਅਸੀਂ ਇੱਕ ਦੋਸਤ ਦੇ ਫਾਰਮ 'ਤੇ ਜਾ ਰਹੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਜਾ ਕੇ ਘੋੜਿਆਂ ਦਾ ਸ਼ੌਕ ਉਹਨਾਂ ਨੇ ਘੋੜੇ ਰੱਖੇ ਆ ਅਤੇ ਹੋਰ ਉਹਨਾਂ ਕੋਲ ਮਜ਼ੀਦ ਕਿਹੜੀਆਂ ਚੀਜ਼ਾਂ ਤੁਹਾਨੂੰ ਉਹਨਾਂ ਦਾ ਵਿਜ਼ਿਟ ਕਰਾਵਾਂਗੇ ਜਿਹੜੇ ਦੋਸਤ ਘੋੜਿਆਂ ਦਾ ਸ਼ੌਕ ਰੱਖਦੇ ਆ ਉਹਨਾਂ ਨੂੰ ਉਹਦੇ ਬਾਰੇ 'ਚ ਇਨਫੋਰਮੇਸ਼ਨ ਦਿੰਦੇ ਹਾਂ ਔਰ ਫਾਰਮ ਵਿਜ਼ਿਟ ਕਰਾਉਂਦੇ ਹਾਂ ਅਤੇ ਬਣੇ ਰਹੋ ਸਾਡੇ ਨਾਲ ਜੁੜੇ ਰਹੋ ਬੜਾ ਇੰਟਰਸਟਿੰਗ ਵਲੌਗ ਹੋਏਗਾ ਅਤੇ ਵਲੌਗ ਪੂਰਾ ਦੇਖਣਾ ਜੀ ਇਹੀ ਰੋਡ ਜਿਹੜਾ ਇਹ ਸਾਡੇ ਚੋਲਿਸਤਾਨ ਵਾਲੀ ਸਾਈਡ 'ਤੇ ਜਾਂਦਾ ਵਾ ਜਿੱਥੇ ਇਨਸ਼ਾਅੱਲਾ ਅਗਲੇ ਦਿਨਾਂ ਦੇ ਵਿੱਚ ਆ ਰਹੀ ਹੈ ਰੈਲੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹ ਵੀ ਜੀਪ ਰੈਲੀ ਅੱਤਰ ਸਾਹਿਬ ਜੀਪ ਹਾਂ ਜੀਪ ਰੈਲੀ ਆ ਰਹੀ ਹੈ ਅਗਲੇ ਪਾਸੇ ਸਾਰਾ ਚੋਲਿਸਤਾਨ ਹੈਗਾ ਅਤੇ ਉੱਥੇ ਜੀਪ ਰੈਲੀ ਹੁੰਦੀ ਆ ਬੜੀ ਵੱਡੀ ਜੀਪ ਰੈਲੀ ਹੁੰਦੀ ਆ ਪਾਕਿਸਤਾਨ ਲੈਵਲ ਦੀ ਜਿਹੜੀ ਨਾ ਬੜੀ ਵੱਡੀ ਜੀਪ ਰੈਲੀ ਹੁੰਦੀ ਆ ਬਹੁਤ ਦੂਰੋਂ ਦੂਰੋਂ ਹਰ ਜਗ੍ਹਾ ਤੋਂ ਆਵਾਮ ਆਈ ਹੁੰਦੀ ਆ ਅਤੇ ਬੜਾ ਮਜ਼ੇਦਾਰ ਮਾਹੌਲ ਹੁੰਦਾ ਇੱਥੇ ਕੋਸ਼ਿਸ਼ ਕਰਾਂਗੇ ਦੋਸਤਾਂ ਨੂੰ ਅਗਰ ਟਾਈਮ ਮਿਲਿਆ ਤਾਂ ਇਨਸ਼ਾਅੱਲਾ ਉੱਥੇ ਜਾ ਕੇ ਕਵਰ ਕਰਾਂਗੇ ਜੀਪ ਰੈਲੀ ਵੀ ਔਰ ਉਹ ਦਿਖਾਵਾਂਗੇ ਦੋਸਤਾਂ ਨੂੰ ਲਓ ਜੀ ਦੋਸਤੋ ਅਤੇ ਮਿੱਤਰੋ ਅਤੇ ਯਾਰੋ ਫਾਈਨਲੀ ਅਸੀਂ ਪਹੁੰਚ ਗਏ ਹਾਂ ਜੀ ਉਹਨਾਂ ਦੇ ਡੇਰੇ ਇਹ ਰੋਡ ਉਹਨਾਂ ਦੇ ਡੇਰੇ ਨੂੰ ਜਾ ਰਿਹਾ ਵਾ ਇਹ ਸਾਰਾ ਏਰੀਆ ਜਿਹੜਾ ਰੋਈ ਵਾਲਾ ਹੀ ਆ ਤੇ ਇਹ ਨਜ਼ਦੀਕ ਹੀ ਉਹਨਾਂ ਦਾ ਫਾਰਮ ਆ ਗਿਆ ਜੀ ਲਓ ਜੀ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਹਾਂ ਆਪਣੇ ਦੋਸਤ ਅਤੇ ਆਪਣੇ ਭਰਾ ਦੇ ਡੇਰੇ 'ਤੇ ਅਤੇ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ ਤਰਾਬ ਭਾਈ ਸਾਡੇ ਵੇਟ 'ਚ ਹੀ ਨੇ ਅਸਲਾਮ ਅਲੈਕੁਮ ਤਰਾਬ ਭਾਈ ਕੀ ਹਾਲ ਨੇ ਠੀਕ ਠਾਕ ਹੋ ਸਿਹਤ ਵੀ ਠੀਕ ਹੈ ਜੀ ਸਾਡਾ ਬਹੁਤ ਸ਼ੁਕਰੀਆ ਜੀ ਤੁਹਾਡੇ ਟਾਈਮ ਦਾ ਕੀਮਤੀ ਟਾਈਮ ਤੁਸੀਂ ਦਿੱਤਾ ਜੀ ਅਤੇ ਤਰਾਬ ਭਾਈ ਦੇ ਜੀ ਆਪਾਂ ਫਾਰਮ 'ਤੇ ਪਹੁੰਚ ਗਏ ਅਤਰ ਸਾਹਿਬ ਜ਼ਰਾ ਕੈਮਰਾ ਘੁੰਮਾ ਕੇ ਸਾਰਾ ਇੱਕ ਵਾਰੀ ਬਾਹਰੋਂ ਬਾਹਰੋਂ ਵਿਜ਼ਿਟ ਕਰਾਓ ਫਿਰ ਦੋਸਤਾਂ ਨੂੰ ਕੋਲ ਜਾ ਕੇ ਦਿਖਾਉਂਦੇ ਹਾਂ ਇੱਧਰਲੀ ਸਾਈਡ ਤੋਂ ਵੀ ਦਿਖਾਓ ਸਾਰਾ ਬਹੁਤ ਸੋਹਣਾ ਸ਼ੌਕ ਕੀਤਾ ਹੋਇਆ ਜੀ ਤੁਸੀਂ ਆ ਜਾਓ ਗੱਲਬਾਤ ਕਰਦੇ ਹਾਂ ਅਤਰ ਸਾਹਿਬ ਬਹਿ ਕੇ ਲਓ ਜੀ ਦੋਸਤੋ ਇਸ ਟਾਈਮ ਆਪਾਂ ਪਹੁੰਚ ਗਏ ਹਾਂ ਆਪਣੇ ਦੋਸਤ ਦੇ ਫਾਰਮ 'ਤੇ ਅਤੇ ਤੁਹਾਨੂੰ ਕਰੀਬ ਤੋਂ ਵੀ ਵਿਜ਼ਿਟ ਕਰਾਵਾਂਗੇ ਅਤੇ ਬਹੁਤ ਸੋਹਣਾ ਇਹਨਾਂ ਦਾ ਸ਼ੌਕ ਆ ਇਹਨਾਂ ਕੋਲ ਇਹਨਾਂ ਦੇ ਸ਼ੌਕ ਦੇ ਬਾਰੇ 'ਚ ਜਾਣਦੇ ਹਾਂ ਔਰ ਤੁਹਾਨੂੰ ਵੀ ਇਨਫੋਰਮੇਸ਼ਨ ਲੈਂਦੇ ਹਾਂ ਜੀ ਤਰਾਬ ਭਾਈ ਕੀ ਹਾਲ ਨੇ ਜੀ ਠੀਕ ਠਾਕ ਤਰਾਬ ਭਾਈ ਮਾਸ਼ਾਅੱਲਾ ਬਹੁਤ ਅੱਛਾ ਨਿਜ਼ਾਮ ਜਿਹੜਾ ਬਣਾਇਆ ਹੋਇਆ ਤੁਸੀਂ ਬਹੁਤ ਮਤਲਬ ਕਿ ਚੰਗਾ ਲੱਗਾ ਵੇਖ ਕੇ ਬੜਾ ਅੱਛਾ ਤੁਹਾਡਾ ਸ਼ੌਕ ਆ ਅਤੇ ਸਾਨੂੰ ਇਸ ਸ਼ੌਕ ਦੇ ਬਾਰੇ ਹੀ ਦੱਸੋ ਕਿੱਦਾਂ ਸ਼ੌਕ ਤੁਹਾਡਾ ਸ਼ੁਰੂ ਕਿੱਦਾਂ ਹੋਇਆ ਜੀ ਸਰ ਸ਼ੌਕ ਮੈਨੂੰ ਤੁਸੀਂ ਬਚਪਨ ਤੋਂ ਅੱਛਾ ਜੀ ਛੋਟਾ ਜਿਹਾ ਸੀ ਤੇ ਕੋਈ 7-8 ਸਾਲ ਦੀ ਏਜ ਉਦੋਂ ਤੋਂ ਇੱਕ ਘੋੜਾ ਡਿਮਾਂਡ ਕਰਕੇ ਲਿਆ ਘਰ ਵਾਲੇ ਅੱਛਾ ਫਿਰ ਅੱਬੂ ਨੇ ਨਹਾਇਆ ਨਹੀਂ ਸੀ ਘੋੜੇ ਨੂੰ ਇੱਕ ਪ੍ਰੋਪਰ ਕੇਅਰ ਕਰਨੀ ਪੈਂਦੀ ਜੀ ਜੀ ਬਿਲਕੁਲ ਉਹਨਾਂ ਨੇ ਫਿਰ ਉਹ ਕੁਛ ਅਰਸੇ ਬਾਅਦ ਸੇਲ ਕਰਤਾ ਫਿਰ ਜ਼ਿੱਦ ਕਰਕੇ ਫਿਰ ਲੈ ਲਿਆ ਉਦੋਂ ਦਾ ਫਿਰ ਨਾ ਇੱਕ ਦੋ ਜਾਨਵਰ ਕੋਲ ਆਏ ਨੇ ਅੱਛਾ ਤੇ ਰਾਈਡਿੰਗ ਵੀ ਕਾਫੀ ਟਾਈਮ ਤੋਂ ਕਰ ਰਹੇ ਹਾਂ ਠੀਕ ਹੈ ਲੇਕਿਨ ਮਤਲਬ ਪ੍ਰੋਪਰ ਕਿਤੇ ਸਿੱਖੀ ਨਹੀਂ ਕੋਈ ਟ੍ਰੇਨਿੰਗ ਨਹੀਂ ਲਈ ਖੁਦ ਹੀ ਐਵੇਂ ਹੀ ਬਸ ਚਾਚੂ ਸੀ ਕਰਦੇ ਉਹਨਾਂ ਕੋਲੋਂ ਕੋਈ ਥੋੜ੍ਹੀ ਬਹੁਤ ਸਮਝ ਲੈ ਲਈ ਠੀਕ ਹੈ ਬਾਕੀ ਟ੍ਰੇਨਰ ਗੋਡਨ ਟ੍ਰੇਨ ਕਰਨ ਵਾਲੇ ਆਉਂਦੇ ਨੇ ਉਹਨਾਂ ਕੋਲ ਥੋੜਾ ਥੋੜਾ ਸਬਕ ਲੈ ਕੇ ਇਸ ਤਰ੍ਹਾਂ ਨਾਲ ਚਲਾਇਆ ਹਾਂ ਤੇ ਕਾਫੀ ਬਿਹਤਰ ਹੋ ਗਿਆ ਹਲੇ ਤਾਂ ਇਹ ਸ਼ੌਕ ਤੁਹਾਡਾ ਬਚਪਨ ਤੋਂ ਹੈ ਸ਼ੌਕ ਕੋੜੇ ਦਾ ਸ਼ੌਕ ਬਚਪਨ ਤੋਂ ਹੀ ਬਾਕੀ ਟ੍ਰੇਨਿੰਗ ਆਸਤਾ ਆਸਤਾ ਜਿਹੜਾ ਨਾ ਕੁਛ ਹੱਥ ਸਿੱਧਾ ਹੋਇਆ ਕੁਛ ਹੋ ਜਾਏਗਾ ਆਸਤਾ ਆਸਤਾ ਮਾਸ਼ਾਅੱਲਾ ਬੜੀ ਚੰਗੀ ਗੱਲ ਹੈ ਜੀ ਆਪਣੇ ਸ਼ੌਕ ਨੂੰ ਪੂਰਾ ਕਰਨਾ ਵੀ ਹਰ ਬੰਦੇ ਦੇ ਨਸੀਬ 'ਚ ਨਹੀਂ ਹੁੰਦਾ ਜੀ ਤੇ ਬੜਾ ਚੰਗਾ ਸ਼ੌਕ ਤੁਸੀਂ ਕੀਤਾ ਤੇ ਗਾਂ ਅੱਲਾ ਪਾਕ ਨੇ ਤੁਹਾਨੂੰ ਹੋਰ ਵੀ ਜਾਨਵਰ ਦਿੱਤੇ ਤੇ ਬੜੇ ਸੋਹਣੇ ਜਾਨਵਰ ਮੈਂ ਦੇਖੇ ਤੇ ਇਹ ਨਸਲ ਦੇ ਬਾਰੇ 'ਚ ਦੱਸੋ ਜਿਹੜੀ ਆਪਣੇ ਕੋਲ ਨਸਲ ਹੈ ਇਹ ਕਿਹੜੀ ਨਸਲ ਹੈ ਜੀ ਇਹ ਸਰ ਦੇਸੀ ਬਰੀਡ ਹੈ ਅੱਛਾ ਜੀ ਦੋ ਸਾਡੇ ਘੋੜੇ ਖੜੀ ਪਿੱਛੇ ਇਹ ਵੀ ਦੇਸੀ ਅੱਛਾ ਜੀ ਇੱਕ ਦੂਸਰੀ ਖੜੀ ਉਹ ਵੀ ਦੇਸੀ ਅੱਛਾ ਜੀ ਨਾਲ ਇੱਕ ਹੋਰ ਹੈ ਉਹ ਹੈ ਵਲੈਤੀ ਬਰੀਡ ਅੱਛਾ ਜੀ ਪਿਓਰ ਥਾਰੋ ਬਰੀਡ ਠੀਕ ਹੈ ਤੇ ਇਹ ਸ਼ੌਕ ਮੈਨੂੰ ਬਲੈਕ ਘੋੜੇ ਦਾ ਹੀ ਅੱਛਾ ਜੀ ਮੈਂ ਦੇਖਿਆ ਸਾਰੇ ਬਲੈਕ ਹੀ ਆ ਹਾਂ ਜੀ ਬਲੈਕ ਤਿੰਨੋਂ ਹੀ ਬਲੈਕ ਦਾ ਕੋਈ ਜ਼ਹਿਨ ਨਹੀਂ ਹੈ ਜੀ ਹਲੇ ਹੁਣ ਇਨਸ਼ਾਅੱਲਾ ਸੋਚ ਰਹੇ ਹਾਂ ਇੱਕ ਘੋੜਾ ਨਾ ਵਾਈਟ ਵੀ ਜਾਂ ਸਾਵਾ ਅੱਛਾ ਜਾਂ ਵਾਈਟ ਅੱਛਾ ਜੀ ਇਹਨਾਂ 'ਚ ਨਾ ਕੋਈ ਇੱਕ ਤੇ ਇਹ ਜਿਹੜੀ ਮਾਲਵਾੜੀ ਨਸਲ ਆ ਉਹ ਪਾਕਿਸਤਾਨ ਦੇ ਵਿੱਚ ਨਹੀਂ ਹੈਗੀ ਜੀ ਮਾਰਵਾੜੀ ਦੇ ਕੰਨ ਉੱਪਰੋਂ ਨਹੀਂ ਇਹ ਸਿੰਧ ਸੰਗੜ ਉਸ ਏਰੀਏ 'ਚ ਨਾ ਕੁਛ ਹੈ ਨਾ ਜਿਹੜੇ ਥਲ ਦੇ ਏਰੀਏ ਨੇ ਠੀਕ ਹੈ ਉੱਥੇ ਇੰਡੀਆ 'ਚ ਕੁਛ ਘੋੜੇ ਮਾਰਵਾੜੀ ਹੈ ਨੇ ਅੱਛਾ ਜੀ ਲੇਕਿਨ ਬੜੇ ਨਯਾਬ ਘੋੜੇ ਨੇ ਪਾਕਿਸਤਾਨ 'ਚ ਉਧਰ ਤੇ ਆਮ ਨਸਲ ਹੈ ਇਹ ਤੇ ਲੇਕਿਨ ਬਹੁਤ ਖੂਬਸੂਰਤ ਘੋੜਾ ਬੜਾ ਵੱਡਾ ਕੱਦ ਬੜਾ ਨਖਰੇ ਵਾਲਾ
ਬਾਕੀ ਇੱਥੇ ਹੁਣ ਮੇਰੇ ਖਿਆਲ ਹੈ ਉਹ ਉਸ ਬਰੀਡ ਨੂੰ ਨਾ ਮੰਗਵਾਇਆ ਗਿਆ ਹੈ, ਇੰਪੋਰਟ ਹੋਈ ਹੈ ਕੋਈ? ਇੰਪੋਰਟ ਹੋਈ ਹੈ। ਅੱਛਾ ਜੀ। ਤੇ ਉਹ ਅੱਗੇ ਬਰੀਡ ਕਰਵਾ ਰਹੇ ਨੇ। ਇਹ ਜਿਹੜੀ ਆਪਣੀ ਵਾਲੀ ਨਸਲ ਆ ਇਹ ਮਤਲਬ ਕਿ ਨੇਜ਼ਾਬਾਜ਼ੀ ਵਿੱਚ ਇਸਤੇਮਾਲ ਹੁੰਦੀ ਹੈ ਜੀ? ਦੇਸੀ ਬਰੀਡ ਜਿਹੜੀ ਹੈ ਨੇਜ਼ਾਬਾਜ਼ੀ ਚ ਇਸਤੇਮਾਲ ਹੁੰਦੀ। ਅੱਛਾ ਜੀ। ਡਾਂਸ ਚ ਇਸਤੇਮਾਲ ਹੁੰਦੀ। ਅੱਛਾ ਜੀ। ਉਸ ਤੋਂ ਬਾਅਦ ਜਨਾਬ ਇਹ ਟੋਰੇ ਦੇ ਵਿੱਚ ਆ ਗਈ, ਸਵਾਰੀ ਚ ਆ ਗਈ। ਠੀਕ ਹੈ। ਇਹ ਸਾਰੇ ਕੰਮ ਨੇ ਜਿਹੜੀ ਇਹ ਬਲੈਤੀ ਹੁੰਦਾ ਇਹ ਰੇਸ ਵਾਸਤੇ। ਠੀਕ ਹੈ। ਬੇਸਿਕਲੀ ਇਹਦਾ ਕੰਮ ਰੇਸ ਹੈ। ਤੇ ਇਹ ਪੋਲੋ ਵਾਲੀ ਜਿਹੜੀ ਨਸਲ ਹੈ ਉਹ ਕਿਹੜੀ ਹੁੰਦੀ? ਉਹ ਵੀ ਥਾਰੋ ਹੀ ਹੈ, ਬਲੈਤੀ ਘੋੜੇ। ਅੱਛਾ, ਬਲੈਤੀ ਜਿਹੜੀ ਹੈ ਉਹ ਪੋਲੋ ਦੇ ਵਿੱਚ ਹੋਈ। ਜੀ ਜੀ। ਠੀਕ ਹੋ ਗਿਆ। ਇਹ ਡਾਂਸ ਵਗੈਰਾ ਸਾਰੇ? ਡਾਂਸ ਹਾਂ ਜੀ, ਇਹ ਸਾਰੇ ਇਹ ਇਹਨੇ ਕਰਨਾ ਕੋਈ ਤੇਜ਼ ਹੁੰਦਾ ਘੋੜਾ। ਹਾਂ ਜੀ। ਤੇ ਇਹ ਤਾਂ ਜਿਹੜਾ ਨਾ ਇਹ ਨੇਚਰ ਵਾਈਜ਼ ਇਹ ਜਿਹੜੀ ਨਸਲ ਹੈ ਇਹ ਕਿਸ ਤਰ੍ਹਾਂ ਦੀ, ਇਹਦੇ ਨੇਚਰ ਬਾਰੇ ਦੱਸੋ ਕਿ ਨੇਚਰ ਵਾਈਜ਼ ਇਹ ਕਿਸ ਤਰ੍ਹਾਂ ਦੀ? ਸਰ ਬਹੁਤ ਅੱਛੀ ਫਰੈਂਡਲੀ ਨੇਚਰ ਹੈ ਇਹਨਾਂ ਦੀ। ਅੱਛਾ। ਔਰ ਇਹ ਸਾਡੇ ਜਿਹੜੇ ਜਾਨਵਰ ਨੇ ਥੋੜੇ ਜਿਹੇ ਸਖਤ ਮਿਜ਼ਾਜ ਨੇ। ਅੱਛਾ। ਓਵਰਆਲ ਜਿਹੜਾ ਦੇਸੀ ਘੋੜਾ ਹੈ ਉਹ ਫਰੈਂਡਲੀ ਹੁੰਦਾ? ਫਰੈਂਡਲੀ ਬਹੁਤ ਜ਼ਿਆਦਾ ਨਹੀਂ, ਮਤਲਬ ਵਲੈਤੀ ਦੀ ਨਿਸਬਤ ਕਮ ਹੁੰਦਾ ਹੈ, ਵਲੈਤੀ ਜ਼ਿਆਦਾ ਫਰੈਂਡਲੀ ਹੈ। ਠੀਕ ਹੈ। ਤੇ ਦੇਸੀ ਬਰੀਡ ਜਿਹੜੀ ਹੈ ਬੜੀ ਮਤਲਬ ਅਸਲ ਦੇਸੀ ਨੂੰ ਪਸੰਦ ਹੀ ਸਖਤ ਕੀਤਾ ਜਾਂਦਾ ਹੈ। ਅੱਛਾ। ਜਿਹੜਾ ਤੇਜ਼ ਔਰ ਥੋੜਾ ਗੁੱਸੇ ਵਾਲਾ, ਜਿਹੜਾ ਗੁੱਸੇ ਵਾਲਾ ਹੋਏ ਜਦੋਂ ਮਤਲਬ ਪਕੜਿਆ ਉਹਨੂੰ ਉਦੋਂ ਵੀ ਉਹ ਮਤਲਬ ਕਿ ਨਖਰਾ ਰੱਖਦਾ, ਨਖਰਾ ਰੱਖਦਾ। ਹਾਂਜੀ, ਜਿਹਨੂੰ ਤੁਸੀਂ ਪੰਜਾਬੀ ਵਿੱਚ ਕਹਿ ਸਕਦੇ ਹੋ ਕਿ ਆਪਣਾ ਘੋੜਾ ਪੂਰਾ ਨਖਰਾ ਰੱਖਦਾ ਜੀ, ਐਵੇਂ ਫੜ ਕੇ ਉਹ ਜਾਨਵਰ ਜਿਵੇਂ ਮੱਝ ਗਾਂ ਖੜੀ ਇੰਜ ਨਖੜਾ ਰਿਹਾ, ਉਹ ਨਹੀਂ ਕਿ ਹਿਲਦਾ ਰਿਹਾ ਘੋੜਾ, ਉਹ ਦੱਸਦਾ ਰਿਹਾ ਕਿ ਮੈਂ ਖੜਾ, ਉਹ ਘੁੰਮਦਾ ਰਿਹਾ, ਘੁੰਮਦਾ ਰਿਹਾ। ਹਾਂਜੀ, ਪਤਾ ਲੱਗੇ ਘੋੜਾ ਹੈ ਤੁਸੀਂ ਘੋੜੇ ਆਪਣੇ ਨਖਰੇ ਚ ਰਿਹਾ। ਜੀ ਬਿਲਕੁਲ ਬਿਲਕੁਲ। ਨਹੀਂ ਮਾਸ਼ਾਅੱਲਾ, ਜਾਨਵਰ ਆ ਪਿੱਛੇ ਵੀ ਖਲੋਤਾ, ਬਹੁਤ ਸੋਹਣਾ ਕੱਦ ਕਾਠ ਵੀ ਇਹਦਾ, ਬਹੁਤ ਸੋਹਣਾ ਜੀ। ਹਾਂਜੀ। ਤੇ ਅੱਛਾ, ਰਾਈਡ ਸਾਈਡ ਫਿਰ ਪਤਾ ਤੁਸੀਂ ਸਿੱਖਦੇ ਰਹੇ ਆਉਂਦੇ ਰਹੇ ਬੰਦੇ, ਤੇ ਹੁਣ ਤਾਂ ਮਾਸ਼ਾਅੱਲਾ ਹੱਥ ਸਿੱਧਾ ਹੋ ਗਿਆ ਹੋਣਾ? ਬਸ ਅੱਲਾ ਦਾ ਸ਼ੁਕਰ ਹੈ, ਤਕਰੀਬਨ ਠੀਕ ਹੋ ਗਿਆ। ਤੇ ਇਹ ਜਿਹੜਾ ਇਹਨਾਂ ਦੀ ਡਾਈਟ ਬਾਰੇ ਵੀ ਕੋਈ ਦੱਸੋ ਕਿ ਸਪੈਸ਼ਲ ਇਹਨੂੰ ਡਾਈਟ ਦਾ ਕੀ ਇਹਨਾਂ ਦਾ ਹੈ? ਬਿਹਤਰ ਇਹਨਾਂ ਦਾ ਜਿਹੜਾ ਚਾਰਾ ਹੈ ਉਹ ਲੂਸਣ। ਅੱਛਾ ਜੀ। ਉਸ ਤੋਂ ਬਾਅਦ ਦਾਣੇ ਵਿੱਚ ਚਨਾ ਪਾ ਲਓ। ਅੱਛਾ ਜੀ। ਆਪਣਾ ਬਾਜਰਾ ਪਾ ਲਓ। ਠੀਕ ਹੈ। ਇਸ ਤਰ੍ਹਾਂ ਖੁਰਾਕ ਹੈ ਨਾ ਜਿਸ ਤਰ੍ਹਾਂ ਜਾਨਵਰ ਦੀ ਹੈ। ਠੀਕ ਹੈ। ਉਹ ਜਿੰਨੀ ਤੁਸੀਂ ਦਿਓਗੇ ਉਹ ਜਾਨਵਰ ਨਾ ਅੱਛਾ ਰਹੇ, ਚਨੇ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ। ਠੀਕ ਹੈ। ਤੇ ਆਪਣੇ ਜਿਹੜੇ ਜਾਨਵਰ ਕਿੰਨੀ ਕਿੰਨੀ ਉਮਰ ਆ ਇਹਨਾਂ ਦੀ? ਇਹ ਸਰ ਹੋ ਗਿਆ ਵੱਡੀ ਜਿਹੜੀ ਸਾਡੀ ਹੈ ਕੁੜੀ, ਇਹ ਕੋਈ 16 ਸਾਲ ਏਜ ਹੈ। ਅੱਛਾ ਜੀ। ਜਿਹੜੀ ਛੋਟੀ ਹੈ ਉਹਦੀ ਕੋਈ 3-3.5 ਸਾਲ ਏਜ ਹੈ। ਅੱਛਾ ਜੀ। ਜਿਹੜੀ ਦੂਸਰੀ ਹੈ ਉਹ ਹੈ 2 ਸਾਲ ਦੀ। ਠੀਕ ਹੈ। ਇਹ ਕਿੰਨੀ ਦੇਰ ਬਾਅਦ ਹੀਟ ਤੇ ਜਾਨਵਰ ਕਿੰਨੇ ਸਾਲ ਦਾ ਆਉਂਦਾ ਜੀ ਇਹ ਜਿਹੜਾ? ਇਹ ਸਰ 2.5 ਸਾਲ ਤਾਂ ਜਾਨਵਰ ਹੀਟ 'ਚ ਆ ਜਾਂਦਾ। ਅੱਛਾ। ਕੋੜਾ ਮਿਲਾ ਦਿਓ। ਅੱਛਾ। ਤੇ 11 ਮਹੀਨੇ ਬਾਅਦ ਬੱਚਾ ਦੇ ਦਿੰਦਾ, ਫਿਰ 8-10 ਦਿਨ ਦੇ ਵਿੱਚ ਦੁਬਾਰਾ ਫਿਰ ਉਹਨੂੰ ਕੋੜਾ ਫਿਰ ਮਿਲਾ ਦਿੱਤਾ ਜਾਂਦਾ। ਅੱਛਾ। ਬਸ ਇਹੀ ਇਹਦਾ ਹੁੰਦਾ। ਇਹ ਇੱਕ ਵਾਰੀ ਜਿਹੜਾ ਡਿਲੀਵਰੀ ਤੋਂ ਬਾਅਦ ਦੁਬਾਰਾ ਕਿੰਨੀ ਦੇਰ ਬਾਅਦ ਫਿਰ ਆਉਂਦੀ ਹੈ ਹੀਟ? 9-10 ਦਿਨ ਬਾਅਦ 11 ਦਿਨ ਦੇ ਵਿੱਚ ਦੁਬਾਰਾ ਫਿਰ ਕੋੜਾ ਮਿਲਾ ਦੇਈਦਾ। ਅੱਛਾ ਅੱਛਾ ਅੱਛਾ। 11-10 ਦਿਨ 9 ਦਿਨ ਇੱਥੇ ਕਰਕੇ ਦੁਬਾਰਾ ਕੋੜਾ ਫਿਰ ਸੂ ਜਾਂਦਾ। ਠੀਕ ਹੈ ਠੀਕ ਹੈ। ਮਾਸ਼ਾਅੱਲਾ ਜੀ, ਇਹ ਤਾਂ ਸ਼ੌਕ ਜਿਹੜਾ ਜੀ ਕਹਿ ਲਓ ਕਿ ਨਵਾਬਾਂ ਦਾ ਸ਼ੌਕ ਹੈ ਜੀ। ਮੇਰੇ ਤੇ ਬੱਚਿਆਂ ਨੂੰ ਬੜਾ ਸ਼ੌਕ ਹੈ। ਅੱਛਾ ਜੀ। ਇੱਕ ਬੇਟਾ ਹੈ ਮੇਰਾ, ਇੱਕ ਬੇਟੀ। ਮਾਸ਼ਾਅੱਲਾ ਮਾਸ਼ਾਅੱਲਾ ਜੀ। ਬੇਟਾ ਅਬਦੁੱਲਾ ਉਹ ਜਾਨ ਨਹੀਂ ਛੱਡਦਾ, ਉਹਨੂੰ ਅਸੀਂ ਮਤਲਬ ਰੋਕਨੇ ਆ ਵੀ ਤੂੰ ਨਾ ਗਿਆ ਕਰ, ਨਹੀਂ ਠੀਕ ਸਕੂਲ ਦਾ ਥੋੜੀ ਉਧਰ ਤਵੱਜੋ ਕਰੇ ਉਹਨੇ ਨਾਲ। ਹਲੇ ਏਜ ਉਹਦੀ ਹੈ ਕੋਈ 6 ਸਾਲ। ਅੱਛਾ ਜੀ। ਉਹ ਰੋਜ਼ ਉਹਦੀ ਡਿਮਾਂਡ ਹੈ ਕਿ ਮੈਨੂੰ ਸਵਾਰੀ ਕਰਨੀ। ਉਹ ਫਿਰ ਖੂਨ ਦੇ ਵਿੱਚ ਆ ਗਿਆ ਤੇ ਤੁਹਾਡੇ ਸ਼ੌਕ ਸੀਗਾ ਤੇ ਗਾਹ ਫਿਰ ਜਨਰੇਸ਼ਨ ਨੂੰ ਖੂਨ ਦੇ ਵਿੱਚ ਤਾਂ ਚੀਜ਼ ਚੱਲਣੀ ਚੱਲਣੀ ਅੱਗੇ ਤੁਹਾਡੇ ਕੋਲ ਆਣੀ ਆਣੀ ਹੈ। ਮਾਸ਼ਾਅੱਲਾ, ਚਲੋ ਚੰਗੀ ਗੱਲ ਆ ਜੀ, ਸ਼ੌਕ ਅੱਗੇ। ਬੇਟੀ ਹੈ, ਬੇਟੀ ਉਸ ਤੋਂ ਅੱਗੇ। ਇਸ ਟਾਈਮ ਮੇਰੇ ਵਾਲਦ ਸਾਹਿਬ ਨੂੰ ਮੇਰੇ ਤੋਂ ਵੀ ਜ਼ਿਆਦਾ ਸ਼ੌਕ ਹੈ। ਅੱਛਾ ਜੀ। ਮੈਨੂੰ ਇੱਕ ਦਾ ਸੀ, ਉਹਨਾਂ ਨੇ 3 ਲੈ ਕੇ ਕੁਛ ਅਰਸਾ ਰੱਖੇ, ਫਿਰ ਉਹਨਾਂ ਨੂੰ ਖੁਦ ਸ਼ੌਕ ਪੈਦਾ ਹੋ ਗਿਆ। ਠੀਕ ਹੈ। ਅਸਲ ਬੇਸਿਕਲੀ ਉਹਨਾਂ ਨੂੰ ਗਾਈਆਂ ਦਾ ਸ਼ੌਕ ਹੈ। ਅੱਛਾ ਜੀ। ਸ਼ੌਕ ਜਾਨਵਰ ਹੁਣ ਚੜਾਈ ਤੇ ਨਿਕਲ ਗਏ ਇਸ ਟਾਈਮ, ਬਾਕੀ ਇੱਥੇ ਆਏ ਨੇ। ਅੱਛਾ ਅੱਛਾ। ਸ਼ੈਡ ਮਾਸ਼ਾਅੱਲਾ ਮੈਂ ਦੇਖਿਆ, ਬੜਾ ਜ਼ਬਰਦਸਤ। ਦੋਸਤਾਂ ਨੂੰ ਸ਼ੈਡ ਵੀ ਵਿਜ਼ਿਟ ਕਰਾਉਂਦੇ ਆ ਜੀ, ਗਾਈਆਂ ਦਾ ਬੜਾ ਅੱਛਾ ਸ਼ੈਡ ਬਣਿਆ ਹੋਇਆ। ਤਾਂ ਸਭ ਜ਼ਰਾ ਘੁਮਾ ਕੇ ਦਿਖਾਓ, ਫਿਰ ਕਰੀਬ ਤੋਂ ਜਾ ਕੇ ਵੀ ਦਿਖਾਉਂਦੇ ਆ। ਤੇ ਇਹ ਜ਼ਰਾ ਇੱਕ ਵਾਰੀ ਦੇਖ ਲੈਣ ਦੋਸਤ। ਇਹ ਸਾਡੀ ਇੱਥੇ ਜਗ੍ਹਾ ਪਈ ਹੈ ਕੋਈ 12-14 ਮਰਬੇ। ਅੱਛਾ ਜੀ। ਡੈਜ਼ਰਟ ਹੈ। ਹਾਂ ਜੀ ਬਿਲਕੁਲ। ਉਹ ਜਾਨਵਰ ਫਿਰ ਸਵੇਰ ਚਰਾਈ ਤੋਂ ਨਿਕਲ ਗਏ, ਸ਼ਾਮ ਨੂੰ ਆ ਕੇ ਫਿਰ ਆ ਖੁੱਲੇ ਫਿਰਦੇ ਜਾਨਵਰ ਆਉਣ ਵਾਲੇ। ਵੈਸੇ ਵੀ ਜਿਹੜਾ ਚੌਲਿਸਤਾਨੀ ਹੈ ਨਾ ਜਿੱਲੇ, ਚੌਲਿਸਤਾਨੀ। ਹਾਂ ਜੀ। ਇਹ ਖੁੱਲੇ ਤੇ ਖੁਸ਼ ਰਹਿੰਦਾ ਹੈ, ਖੁੱਲੇ ਤੇ ਖੁਸ਼ ਰਹਿੰਦਾ। ਔਰ ਵੈਸੇ ਵੀ ਜਾਨਵਰ ਜਿਹੜਾ ਖੁੱਲਾ ਫਿਰ ਕੇ ਪਲਦਾ ਨਾ ਜੀ, ਹਾਂ ਜੀ, ਉਹ ਜਾਨਵਰ ਜਿਹੜਾ ਨਾ ਕਹਿ ਲਓ ਕਿ ਵਾੜਿਆਂ ਵਿੱਚ ਜਿਹੜਾ ਨਾ ਉਹ ਸ਼ੈਡਾਂ ਵਿੱਚ ਉਸ ਤਰੀਕੇ ਨਾਲ ਉਹਦੀ ਗਰੋਥ ਨਹੀਂ ਹੁੰਦੀ। ਜਾਨਵਰ ਬੇਸਿਕਲੀ ਪਲਦਾ ਹੀ ਖੁੱਲੇ ਵਿੱਚ ਆ। ਪਿਛਲੇ ਦਿਨਾਂ 'ਚ ਮੈਂ ਕੋਈ 2 ਸਾਲ ਪਹਿਲੇ ਇੱਕ ਊਂਠ ਲਿਆਂਦਾ ਸੀ ਸਵਾਰੀ ਵਾਸਤੇ। ਸਵਾਰੀ ਵਾਸਤੇ ਆ ਡੈਜ਼ਰਟ ਦੇ ਹਿਸਾਬ ਨਾਲ ਤੁਸੀਂ ਕਿਹਾ, ਫਿਰ ਉਹ ਤਾਂ ਹੋਣਾ ਚਾਹੀਦਾ ਨਾਲ ਵੀ ਚੋਲਿਸਤਾਨ ਦੇ ਵਿੱਚ ਜਦੋਂ ਉਹ ਮਾਹੌਲ ਆ ਤੇ ਫਿਰ ਊਂਠ ਤੇ ਹੋਣਾ ਚਾਹੀਦਾ। ਉਹਦੀ ਕਹਿ ਲਓ ਕਿ ਸਹਰਾਈ ਜਿਹੜਾ ਜਹਾਜ਼ ਆ ਉਹ ਤੇ ਫਿਰ ਊਂਠ ਹੀ ਆ ਜੀ। ਜੀ ਜੀ ਜੀ। ਕਾਫੀ ਦਿਨ ਫਿਰ ਉਹਦੇ ਤੇ ਕਰਦੇ ਰਹੇ। ਅੱਛਾ ਜੀ। ਫਿਰ ਉਹ ਦੇ ਦਿੱਤਾ, ਫਿਰ ਕੋੜੀ ਸਾਨੂੰ ਮਿਲ ਗਈ। ਇਹ ਭਾਈ ਨੇ
ਇਸ ਤਰਫ ਆਏ ਨੇ ਇਹਨਾਂ ਕੋਲ ਤਿੰਨ ਜਾਨਵਰ ਨੇ ਮਾਸ਼ਾਅੱਲਾ ਠੀਕ ਹੋ ਗਿਆ ਦੋਨੋਂ ਤਿੰਨ ਭਾਈ ਨੇ ਠੀਕ ਹੈ ਇੱਕ ਇਹਨਾਂ ਦਾ ਮੇਰੇ ਖਿਆਲ ਚਲਾ ਗਿਆ ਬਾਬਲ ਫੈਸਲਾਬਾਦ ਠੀਕ ਹੈ ਮਾਸ਼ਾਅੱਲਾ ਜੀ ਬਸ ਬਾਈ ਦੀ ਤਰਫ ਹੀ ਦੇਖ ਕੇ ਬੜਿਆਂ ਦੀ ਤਰਫ ਦੇਖ ਕੇ ਆ ਸ਼ੌਕ ਹੋਇਆ ਪਹਿਲੇ ਬੀਐਸ ਕੰਪਲੀਟ ਕਰਨ ਤੋਂ ਬਾਅਦ ਵਾਲਦ ਸਾਹਿਬ ਨੂੰ ਸ਼ੁਰੂ ਤੋਂ ਸ਼ੌਕ ਸੀ ਲੇਕਿਨ ਉਹ ਆਹੀ ਕਹਿੰਦੇ ਸੀ ਕਿ ਤੁਸੀਂ ਇੱਕ ਵਾਰੀ ਆਪਣੀ ਸਟੱਡੀ ਕੰਪਲੀਟ ਕਰੋ ਇਨਸ਼ਾਅੱਲਾ ਫਿਰ ਆਪਾਂ ਇਸ ਸਾਈਡ ਤੇ ਆਵਾਂਗੇ ਠੀਕ ਹੈ ਤੇ ਕੋਈ ਸਾਲ ਕੁ ਬਾਅਦ ਅਸੀਂ ਦੋਸਤ 18-20 ਸਾਲ ਬਾਹਰ ਰਹੇ ਫਿਰ ਉਸ ਤੋਂ ਬਾਅਦ ਦੁਬਾਰਾ ਸ਼ਿਫਟ ਹੋ ਗਿਆ ਗਾਉਂ ਦੇ ਵਿੱਚ ਤੇ ਇੱਥੇ ਆ ਕੇ ਸ਼ੌਕ ਸ਼ੁਰੂ ਕੀਤੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਬਾਈ ਦੀ ਤਰਫ ਦੇਖ ਕੇ ਅੰਕਲ ਨੇ ਉਹਨਾਂ ਦੀ ਤਰਫ ਦੇਖ ਕੇ ਮਾਸ਼ਾਅੱਲਾ ਇੱਕ ਰਿਵਾਇਤ ਵੇਖੋ ਤੁਸੀਂ ਆ ਖਤਮ ਹੋ ਗਈ ਸੀ ਬਿਲਕੁਲ ਜੀ ਬਿਲਕੁਲ 40 ਸਾਲ ਪਿੱਛੇ ਚਲੇ ਜਾਓ ਇੱਕ ਉਸ ਰਿਵਾਇਤ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ ਆਪਣੇ ਹਰ ਹਰ ਇਨਸ ਮੇਰੀ ਖੁਸ਼ੀ ਹੁੰਦੀ ਹੈ ਕਿ ਜ਼ਿਲ੍ਹੇ 'ਚ ਹਰ ਚੱਕ ਦੇ ਵਿੱਚ ਵੇਖਿਆ ਜਾਏ 2-4 ਘਰ ਐਸੇ ਆਏ ਨੇ ਜਿਹਨਾਂ ਕੋਲ ਆਹ ਚੀਜ਼ ਮੌਜੂਦ ਆ ਤੇ ਆਹ ਮਾਸ਼ਾਅੱਲਾ ਸਾਡਾ ਗਾਉਂ ਵੀ ਬਾਈ ਦੇ ਅੰਕਲ ਦੇ ਨਾਮ ਤੋਂ ਯਾਦ ਕੀਤਾ ਜਾਂਦਾ ਹੈ ਅੰਕਲ ਅਸਲਮ ਨੇ ਅੰਕਲ ਗੁਲਾਮ ਅਹਿਮਦ ਨੇ ਉਹਨਾਂ ਦੇ ਤੁਸੀਂ ਜਿੱਥੇ ਵੀ ਜ਼ਿਲ੍ਹੇ ਚਲੇ ਜਾਓ ਉਹਨਾਂ ਨੂੰ ਗੋੜਿਆਂ ਦੀ ਵੋਚ ਤੋਂ ਵੀ ਯਾਦ ਕੀਤਾ ਜਾਏਗਾ ਕਿ ਤੁਹਾਡੇ ਉੱਥੇ ਗੋੜੇ ਖੜੇ ਨੇ ਆਹ ਇੱਕ ਐਸੀ ਚੀਜ਼ ਹੈ ਕਿ ਜਿਹਦੇ ਤੁਹਾਡੀ ਇੱਕ ਪਛਾਣ ਹੈ ਸਹੀ ਗੱਲ ਹੈ ਗੋੜਾ ਤੁਹਾਡੀ ਇੱਕ ਪਛਾਣ ਹੈ ਤੁਹਾਡੇ ਫੈਮਿਲੀ ਦੀ ਪਛਾਣ ਹੈ ਤੁਹਾਡੇ ਇਲਾਕੇ ਦੀ ਪਛਾਣ ਬਣ ਜਾਂਦਾ ਹੈ ਉਹ ਸਹੀ ਗੱਲ ਹੈ ਜੀ ਕਦੋਂ ਕੱਲ ਨੂੰ ਇਹਦੀ ਨਸਲ ਲੱਗੇ ਜਾਏਗੀ ਉਹ ਤੁਹਾਡੇ ਫਿਰ ਜ਼ਿਲ੍ਹੇ ਦੇ ਨਾਮ ਤੋਂ ਜਾਣਿਆ ਜਾਏਗਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਾਈ ਹੋਰਾਂ ਨੇ ਰਿਵਾਇਤ ਜਿੰਦਾ ਕੀਤੀ ਪਿੱਛੋਂ ਸਾਨੂੰ ਸ਼ੌਕ ਹੋ ਗਿਆ ਅਸੀਂ ਲੈਣ ਦੇਣੇ ਜਾਨਵਰ ਔਰ ਖੁਦ ਰਾਈਡਿੰਗ ਸਟਾਰਟ ਕਰਨੇ ਇੱਕ ਮੈਂ ਉਹ ਬਾਈ ਗੱਲ ਕਰ ਰਹੀ ਸੀ ਇੱਕ ਗੱਲ ਐਡ ਵਿੱਚ ਕਰਦਿਆਂ ਕਿ ਮਾਸ਼ਾਅੱਲਾ ਮੈਂ ਪਰਸੋਂ ਬਾਈ ਦੀ ਬੇਟੀ ਨੂੰ ਵੇਖਿਆ ਬਿਲਕੁਲ ਕੋਈ ਡਰ ਨਹੀਂ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਇਸ ਤਰ੍ਹਾਂ ਕਿ ਤੁਸੀਂ ਉੱਪਰ ਬਿਠਾ ਦਿਓ ਅੱਗੇ ਪਕੜੇ ਬਸ ਪਕੜਨ ਦੀ ਵੀ ਜ਼ਰੂਰਤ ਕੋਈ ਨਹੀਂ ਹੈ ਨਹੀਂ ਤਾਂ ਦੂਸਰੇ ਆਮ ਨੌਜਵਾਨ ਅੱਜ ਕੱਲ੍ਹ ਡਰਦੇ ਨੇ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਆਉਂਦੇ ਅੱਜ ਕੱਲ੍ਹ ਮੋਬਾਈਲ ਤੇ ਉਸ ਚੀਜ਼ ਦਾ ਦੌਰ ਹੈ ਇੱਧਰ ਕੋਈ ਆ ਹੀ ਨਹੀਂ ਰਿਹਾ ਨਹੀਂ ਆ ਰਿਹਾ ਮਾਸ਼ਾਅੱਲਾ ਬਾਈ ਦੇ ਬੇਟੇ ਬੇਟੀਆਂ ਇਸ ਤਰ੍ਹਾਂ ਨੇ ਕਿ ਉਹ ਇਸ ਤਰ੍ਹਾਂ ਚੱਲ ਰਹੇ ਨੇ ਚਲਾ ਰਹੇ ਨੇ ਉੱਪਰ ਬਿਠਾ ਦਿਓ ਬਸ ਕੋਈ ਜ਼ਰੂਰਤ ਨਹੀਂ ਪਕੜਨ ਦੀ ਆਹ ਚੀਜ਼ ਹੈ ਕਿ ਹੈਲਦੀ ਇੱਕ ਐਕਟੀਵਿਟੀ ਹੈ ਦੇਖੋ ਨਾ ਤੁਸੀਂ ਇੱਧਰ ਤਰਫ ਆ ਰਹੇ ਹੋ ਹੋਰ ਤੁਸੀਂ ਦੂਸਰੀ ਚੀਜ਼ਾਂ ਤੋਂ ਬਾਹਰ ਨਿਕਲੇ ਬਾਹਰ ਨਿਕਲਦੇ ਨਾਲੇ ਬੱਚਿਆਂ ਨੂੰ ਅੱਛੀ ਗੱਲ ਹੈ ਜੀ ਇਸ ਜ਼ਮਾਨੇ ਆਉਂਦੇ ਤੋਂ ਤੁਸੀਂ ਬਹੁਤ ਸਾਰੀ ਗਲਤ ਐਕਟੀਵਿਟੀ ਦੀ ਤਰਫ ਜਾਓਗੇ ਠੀਕ ਹੈ ਬਿਲਕੁਲ ਸਹੀ ਚੀਜ਼ ਹੈ ਕਿ ਜੇ ਹੈਲਦੀ ਐਕਟੀਵਿਟੀ ਸਹੀ ਗੱਲ ਹੈ ਜੇ ਆਓ ਆਪਣੀ ਰਾਈਡਿੰਗ ਕਰੋ ਜਾਨਵਰ ਨਾਲ ਮੁਹੱਬਤ ਕਰੋ ਜਿੰਨਾ ਤੁਸੀਂ ਅਟੈਚ ਜ਼ਿਆਦਾ ਹੋਗੇ ਉਨਾ ਤੁਹਾਡਾ ਨਾਲ ਫ੍ਰੈਂਡਲੀ ਹੁੰਦਾ ਜਾਏਗਾ ਫ੍ਰੈਂਡਲੀ ਨਾਲੇ ਵੈਸੇ ਵੀ ਜੀ ਜਾਨਵਰ ਕੋਈ ਵੀ ਹੈ ਨਾ ਜੀ ਅਗਰ ਤੁਸੀਂ ਉਹਨੂੰ ਟਾਈਮ ਦਿਓਗੇ ਤੁਹਾਡਾ ਨਾਲ ਮੁਹੱਬਤ ਕਰੇਗਾ ਜੀ ਬਿਲਕੁਲ ਕੋਈ ਵੀ ਜਾਨਵਰ ਆ ਤੇ ਬਹੁਤ ਅੱਛੀ ਗੱਲ ਹੈ ਕਿ ਬੱਚਿਆਂ ਨੂੰ ਇਸ ਤਰਫ ਮਤਲਬ ਬੰਦਾ ਲਿਆਂਦਾ ਤੇ ਉਹ ਹੈਲਦੀ ਐਕਟੀਵਿਟੀ ਆ ਉਹ ਬਜਾਏ ਇਸ ਤੇ ਅੰਦਰ ਬੈਠ ਕੇ ਕਾਰਟੂਨ ਦੇਖਣ ਕਾਰਟੂਨ ਦੇਖਣ ਤੇ ਆ ਇਧਰ ਉਧਰ ਆਪਸ ਇੱਕ ਦੂਸਰੇ ਨਾਲ ਲੜਨ ਸਹੀ ਗੱਲ ਚਲੋ ਥੋੜਾ ਜਿਹਾ ਟਾਈਮ ਉਹ ਬਾਕੀ ਹੁਣ ਇਸ ਜ਼ਮਾਨੇ ਤੇ ਸ਼ੌਕ ਰਹਿ ਗਿਆ ਜਿਵੇਂ ਭਾਈ ਕਹਿ ਰਿਹਾ ਸੀ ਕਿ ਪਹਿਲੇ 40 ਸਾਲ ਪਹਿਲੇ ਉਦੋਂ ਤੇ ਸੀ ਮਜਬੂਰੀ ਸਹੀ ਗੱਲ ਇੱਕ ਸਵਾਰੀ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਇਸ ਤੋਂ ਇਲਾਵਾ ਕੋਈ ਵਸੀਲਾ ਨਹੀਂ ਸਵਾਰੀ ਦਾ ਬਿਲਕੁਲ ਹੁਣ ਤੇ ਜਿਹਨੇ ਰੱਖਿਆ ਉਹਨੇ ਸ਼ੌਕ ਵਾਸਤੇ ਰੱਖਿਆ ਤੇ ਆਪਣਾ ਸ਼ੌਕ ਪੂਰਾ ਕਰ ਰਹੇ ਨੇ ਤੇ ਇਹ ਸ਼ੌਕ ਹਰ ਦਿਨ ਵੱਧ ਰਿਹਾ ਹੈ ਵੱਧ ਰਿਹਾ ਬਿਲਕੁਲ ਹਾਂਜੀ ਮੈਂ ਦੇਖ ਰਿਹਾ ਬਲਕਿ ਮੇਰੇ ਕਈ ਸਾਰੇ ਕਲਾਸ ਫੈਲੋ ਜਿਹੜੇ ਮੇਰੇ ਤਰਫੋਂ ਦੇਖ ਕੇ ਉਹਨਾਂ ਨੇ ਅੱਗੇ ਜਾਨਵਰ ਰੱਖੇ ਨੇ ਤਾਂ ਹੁਣ 12-14 ਦੋਸਤ ਸਾਡਾ ਹਲਕਾ ਜਿਹੜਾ ਬਾਪ ਨੇ ਮੈਂ ਚਾਹੁੰਦਾ ਜੀ ਤੁਸੀਂ ਜਿਹੜੇ ਦੋਸਤਾਂ ਦਾ ਉਹਨਾਂ ਦਾ ਤੁਸੀਂ ਦੱਸ ਹੀ ਰਹੇ ਹੋ ਤੇ ਆਹ ਆਪਣੇ ਸਾਹਮਣੇ ਮਿਸਾਲ ਆਪਣੇ ਨਾਲ ਬੈਠੇ ਆ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਦੇਖ ਕੇ ਦੱਸਿਆ ਕਿ ਉਹਨਾਂ ਨੇ ਸ਼ੌਕ ਉਹਨਾਂ ਨੂੰ ਹੋਇਆ ਮੈਂ ਕਹਿੰਦਾ ਜੀ ਬੜੀ ਚੰਗੀ ਗੱਲ ਆ ਦੇਖੋ ਜੀ ਤੁਸੀਂ ਉਹਨਾਂ ਨਾਲ ਦੇਖ ਕੇ ਸ਼ੌਕ ਕੀਤਾ ਤੇ ਇੱਕ ਰਵਾਇਤ ਵੱਧ ਰਹੀ ਹੈ ਬਜਾਏ ਇੱਕ ਘਟਣ ਦੇ ਕਿ ਗਾਂ ਆਉਣ ਵਾਲੀ ਜਿਹੜੀ ਨਸਲ ਆ ਉਹਨੂੰ ਵੀ ਪਤਾ ਲੱਗੇ ਕਿ ਸਾਡੀ ਪੁਰਾਣੀ ਰਵਾਇਤ ਕੀ ਸੀ ਜੋ ਕਿ ਬਹੁਤ ਸਾਰੀਆਂ ਰਵਾਇਤ ਜਿਹੜੀਆਂ ਪੁਰਾਣੀਆਂ ਖਤਮ ਹੋਣੀਆਂ ਜਾ ਰਹੀਆਂ ਔਰ ਹੱਲੇ ਵੀ ਕਈਆਂ ਚੱਕਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਢੱਗਿਆਂ ਦਾ ਸ਼ੌਕ ਵੀ ਹੈ ਜੀ ਬਿਲਕੁਲ ਇਹ ਵੀ ਬੜੀ ਆਪਣੀ ਰਵਾਇਤ ਸੀਗੀ ਢੱਗਿਆਂ ਦੀ ਰੇਸ ਹੁੰਦੀ ਸੀ ਇਹ ਬੜੀਆਂ ਕਿਸੇ ਪਾਸੇ ਮੁਰਗਿਆਂ ਦਾ ਸ਼ੌਕ ਆ ਕਿਸੇ ਪਾਸੇ ਇਹ ਚਲੋ ਇਹ ਆ ਕਿ ਰਲ ਮਿਲ ਕੇ ਸਾਡੇ ਦੋਸਤ ਨੇ ਕਿਹੜਾ ਕਲਚਰ ਸਾਂਭਿਆ ਹਾਂਜੀ ਵਾਲਦ ਸਾਹਿਬ ਨੂੰ ਕੁੱਤਿਆਂ ਦੇ ਸ਼ੌਕ ਸੀ ਬੋਲੀ ਕੁੱਤੇ ਬੜੇ ਬੜੇ ਆਲਾ ਨਸਲ ਦੇ ਰੱਖ ਕੇ ਲੜਾਈ ਕਰਵਾਣੀ ਪਾਕਿਸਤਾਨੀ ਬੋਲੀ ਤਾਂ ਮਸ਼ਹੂਰ ਆ ਜੀ ਮਸ਼ਹੂਰ ਹੈ ਇੰਡੀਆ ਤੱਕ ਮਸ਼ਹੂਰ ਆ ਜੀ ਬਾਹਰਲੇ ਮੁਲਕਾਂ ਤੱਕ ਬਾਹਰਲੇ ਮੁਲਕਾਂ ਜੀ ਜੀ ਤੇ ਉਹ ਫਿਰ ਜਦੋਂ ਘੋੜਿਆਂ ਲਾਏ ਫਿਰ ਉਹ ਸ਼ੌਕ ਵੈਸੇ ਹੀ ਛੱਡ ਦਿੱਤਾ ਉਹਨਾਂ ਨੇ ਕਿ ਜੀ ਮੈਂ ਕਿਹਾ ਦੋਸਤਾਂ ਨੂੰ ਕਰੀਬ ਤੋਂ ਜਾ ਕੇ ਦਿਖਾਉਂਦੇ ਆ ਭਾਈ ਹੁਣਾਂ ਦਾ ਸ਼ੌਕ ਇਹ ਤਰਾ ਭਾਈ ਦੀ ਘੋੜੀ ਇਹ ਤਰਾ ਭਾਈ ਇਹ ਕੀ ਨਾਮ ਇਹਦਾ ਰੱਖਿਆ ਜੀ ਇਹਦਾ ਨਾਮ ਰਾਣੀ ਹੈ ਸਰ ਅੱਛਾ ਜੀ ਉਹ ਅੱਗੇ ਖੜੀ ਉਹ ਲਾਡੋ ਹੈ ਅੱਛਾ ਨਾਲ ਇੱਕ ਸੱਜਲ ਹੈ ਇਹਦਾ ਨਾਮ ਰਾਣੀ ਹੈ ਜੀ ਰਾਣੀ ਇਹ ਮਾਰਦੀ ਮੂਰਦੀ ਤਾਂ ਨਹੀਂ ਹੈ ਨਹੀਂ ਜੀ ਅੱਛਾ ਜੀ ਮਾਸ਼ਾਅੱਲਾ ਦੇਖੋ ਜੀ ਦੋਸਤੋ ਕੱਦ ਕਾਠ ਮਾਸ਼ਾਅੱਲਾ ਮੇਰੇ ਤੋਂ ਵੀ ਉੱਚਾ ਕੱਦ ਹੈਗਾ ਜੀ ਜਾ ਕੇ ਇਹਦਾ ਬਹੁਤ ਸੋਹਣੀ ਮਾਸ਼ਾਅੱਲਾ ਕਾਠੀ ਸ਼ਾਠੀ ਭਾਈ ਹੈ ਤੇ ਇਹ ਦੇਖੋ ਤਰਾਬ ਭਾਈ ਨੇ ਸ਼ੌਕ ਵਾਲੀ ਤੇ ਕਮਾਲ ਹੀ ਕੀਤੀ ਭਾਈ ਹੈ ਇਹ ਇਹਨੇ ਬਰੀਡ ਕੀਤੀ ਹੈ ਜੀ ਹਾਂਜੀ ਉਹ ਇਹਦੀ ਬੱਚੀ ਹੈ ਜਿਹੜੀ ਉਹ ਅੱਛਾ ਅੱਗੇ ਇਹਦੀ ਬੱਚੀ ਆ ਜਾਓ ਅਤਰ ਸਾਹਿਬ ਜਾ ਕੇ ਅੱਗੇ ਦਿਖਾਉਂਦੇ ਆ ਇਹ ਸਾਡਾ ਬੰਦਾ ਹੈ ਜੀ ਇਹਦੇ ਜ਼ੁਮੇ ਇਹ ਸਾਰਾ ਕੁੜੀ ਇਹ ਭਾਈ ਹੁਣਾਂ ਦੇ ਹਾਂਜੀ ਇਹ ਸ਼ੌਕ ਵੀ ਹੈ ਖੁਦ ਨੂੰ ਅੱਛਾ ਜੀ ਉਹ ਸ਼ੌਕ ਹੋਵੇ ਤੇ ਮੈਨੇਜ ਹੁੰਦਾ ਜੀ ਹੋਵੇ ਤੇ ਮਜਬੂਰੀ ਨਾਲ ਤਾਂ ਕੋਈ ਕੰਮ ਨਹੀਂ ਹੁੰਦਾ ਬੜੀ ਅੱਛੀ ਤਰ੍ਹਾਂ ਨਾਲ ਮੈਨੇਜ ਕਰਦਾ
अपने शौक नू लोगां तक भी लैके जा रहे हो, अगां तुहाडे राही लोग अगे भी अपना शौक पूरा कर रहे हैं। फिर ए बाकी जो बच्चे ने वो काले रंग च कोई नहीं आया, एक आए फिर असि रख लिये। अच्छा, मतलब काले च आई भी आए की आया? आया ही एक बच्चा। अच्छा अच्छा, आज अगे चलते हैं जी, इस साइड तो आ जाओ, दिखाने जाके अगला भी। बरामदा अंदरली साइड रूम है, बच्ची है जी ए? हां जी, ए नहीं ए बच्ची है, ए वाली है। हां जी, ए वलैती है ब्रीड साडी, ए तो माशाल्लाह है भी पूरी हुण तां पूरी। हां जी, त्यार हो गई, 3 साल एज हो गई इहदी। अच्छा जी, मार्च 3 साल दी हो जाएगी। 3 साल दी हो जाएगी। इहदा हले लीटर लिया या नहीं? नहीं, ए कोड़ा मिलया। अच्छा जी, इंशाल्लाह ए 5 माह ते कुछ दिन होए ने। ठीक है ठीक है, माशाल्लाह जी ए भी बहुत सोहणी है। इहदा नाम दसो जी। इहदा नाम जी लाडो। इहदा नाम लाडो जी, ए रानी दी बच्ची है लाडो, ते माशाल्लाह ए भी मां वर्गी बहुत सोहणी है। ते ए लैके आए हो तुसी? ए लैके आए हां जी। इहदी एज किन्नी है जी? ए इस टाइम 2 साल तो एक दो दिन रह गए ने बस। अच्छा, 2 साल हो गई मतलब पूरी। ठीक है, ते एदा नाम तुसी रखया या पिछों उन्होंने मालिका ने रखया सी? मैं ही रखया है। अच्छा जी, एदा नाम की है जी? एदा नाम सजल। एदा नाम सजल है जी। लो जी दोस्तों, रानी लाडो ते सजल असि विचारे खलोते हैं, ते बहुत सोहना शौक है जी, ते मजा आ गया जी सारा। तुहानू ते ब्लैक दा ही शौक है जी? मैनू ब्लैक दा शौक नहीं, माशाल्लाह शौक भी बहुत जबरदस्त है। अगे आ भाई हुणा दा शौक है जी, ओह भी दिखाने आ जिहड़ा उन्होंने लैके आए है। देखो जी भाई हुणी राइड जिहड़ी अजकल गड्डियां मोटरसाइकलां दे हर लोग जांदे ने पासे, ए साडे को आए ने स्पैशल, ते अपने घोड़ियां ते काठियां पा के आए ने, ते इन्हां को भी पुछदे ने इन्हां दे तुहाडे किन्नी एज है जी इन्हां दी? 2 साल एक बार आई थी। अच्छा, लैला नाम है इस कुड़ी दा। लैला नाम है? जी लैला। क्या मियां भाई उन्हां को लईए, उन्हां दा बच्चियां दा शौक सी, उन्हां दा नाम ओही लैला उस दा नाम चल रिहा है। हीरा कोल आ जाओ जी, माशाल्लाह ए भी बहुत सोहनी है जी। मैं रानी बारे पूछ रहा भाई हुणा नूं, मैं कहा जी रानी जिहड़ी है ना पूरे नखरे च आ, ते बड़े जिहड़ा ना लगदा ਰੋਬ ਰੋਬ ਦਾ ਵਿੱਚ ਆ, ਤੇ ਭਾਈ ਹੁਣੀ ਦੱਸ ਰਹੇ ਨੇ ਕਿ ਕਿਸੇ ਨਾਲ ਅਟੈਚ ਨਹੀਂ, ਸਿਰਫ ਤਰਾਬ ਭਾਈ ਨਾਲ ਅਟੈਚ ਆ। ਮਾਸ਼ਾਅੱਲਾ, ਜਦੋਂ ਬੈਠਦੇ ਜਾਂਦੇ ਨੇ ਪਤਾ ਹੀ ਨਹੀਂ ਹੁੰਦਾ ਕਿ ਉਹ ਹੀ ਗੋੜੀ ਸੀ ਜਿਹੜਾ ਆਮ ਬੰਦੇ ਵਾਸਤੇ। ਅੱਛਾ, ਅਸੀਂ ਲਾਸਟ ਟਾਈਮ ਰਾਈਡ ਕੀਤੀ ਹੈ, ਜਾ ਰਹੀ ਸੀ ਇਸ ਤਰ੍ਹਾਂ ਲੱਗ ਹੀ ਨਹੀਂ ਰਿਹਾ ਸੀ। ਅੱਛਾ, ਹਾਂਜੀ, ਮਾਸ਼ਾਅੱਲਾ ਭਾਈ ਨਾਲ ਬਹੁਤ ਬਹੁਤ ਜ਼ਿਆਦਾ ਅਟੈਚ ਉਹ, ਬਸ ਉਹਨਾਂ ਨੇ ਫਿਰ ਟਾਈਮ ਦਿੱਤਾ ਤੇ ਮੁਹੱਬਤ ਆ, ਤੇ ਵੈਸੇ ਮੈਨੂੰ ਦੇਖ ਕੇ ਲੱਗ ਰਿਹਾ ਕਿ ਮੈਂ ਕਿਹਾ ਜੇ ਸਾਡੇ ਰੰਗਾਂ ਕੋ ਉੱਤੇ ਬਹਿ ਕੇ ਮਾਰੇਗੀ ਚੱਕ ਕੇ ਥੱਲੇ ਨਖਰਾ ਬਹੁਤ ਆ ਘੋੜੀ ਦਾ। ਮਾਸ਼ਾਅੱਲਾ, ਤਾਂ ਸੋਹਣੀ ਵੀ ਜਾਨਵਰ, ਨਖਰੇ ਵਾਲਾ ਹੀ ਸੋਹਣਾ ਹੁੰਦਾ ਜੀ, ਬਿਲਕੁਲ ਅਸੀਲ ਜਾਨਵਰ ਜਿਹੜਾ ਨਾ। ਠੀਕ ਆ, ਘੋੜਾ ਨਹੀਂ ਉਹਦੇ ਚ ਪਸੰਦ ਕੀਤਾ ਜੀ? ਘੋੜਾ ਉਹ ਬਿਲਕੁਲ ਸ਼ਰੀਫ ਨਹੀਂ ਉਹਦੇ ਚ, ਨਹੀਂ ਘੋੜੇ ਚ ਥੋੜਾ ਜਿਹਾ ਨਾਜ਼ ਨਖਰਾ ਹੋਣਾ ਚਾਹੀਦਾ ਕਿ ਖਲੋਤਾ ਕੋਈ ਪੈਰ ਪੂਰ ਮਾਰੇ ਪਤਾ ਲੱਗੇ ਜੀ, ਨਾਲੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਮਾਲਕ ਹੈ ਆ ਜੀ, ਤੇ ਉਹ ਫੇਰ ਹੀ ਆ ਕਿ ਹਰ ਬੰਦਾ ਹੀ ਹੱਥ ਕਾਠੀ ਪਾ ਕੇ ਤੋੜ ਲਵੇ ਤੇ ਫਿਰ ਘੋੜਾ ਤਾਂ ਨਾ ਹੋਇਆ। ਤੇ ਅਤਰ ਸਾਹਿਬ ਇੱਧਰ ਦਿਖਾਓ ਜ਼ਰਾ, ਆਪਾਂ ਇਸ ਟਾਈਮ ਪਹੁੰਚ ਗਏ ਹਾਂ ਜੀ ਆਪਣੇ ਗਾਈਆਂ ਦੇ ਸ਼ੈੱਡ ਤੇ, ਤੇ ਗਾਈਆਂ ਜਿੱਦਾਂ ਕਿ ਤਰਾਬ ਭਾਈ ਨੇ ਦੱਸਿਆ ਕਿ ਇਸ ਟਾਈਮ ਜਿਹੜਾ ਨਾ ਉਹ ਚਰਾਈ ਤੇ ਚਲੀਆਂ ਗਈਆਂ। ਇਹ ਕ੍ਰਾਸ ਜਿਹੜੀਆਂ ਨੇ ਨਾ ਜੀ, ਇਹ ਰੁਕੀਆਂ ਨੇ ਨਾ, ਵਲੈਤੀ ਕ੍ਰਾਸ ਹੈ। ਅੱਛਾ ਅੱਛਾ, ਅਸੀਂ ਵਿੱਚ ਸ਼ੌਕ ਕੀਤਾ ਕਿ ਥੋੜਾ ਜਿਹਾ ਜਾਨਵਰ ਨਾ ਕ੍ਰਾਸ ਲਿਆਈ, ਇਹਨਾਂ ਦਾ ਦੁੱਧ ਜ਼ਿਆਦਾ ਹੈ। ਠੀਕ ਹੈ, ਇਹ ਫਿਰ ਚਰਾਈ ਦੇ ਕੰਮ ਨਹੀਂ, ਇਹਨਾਂ ਨੂੰ ਖੜਾ ਕਰਨਾ ਪੈਂਦਾ। ਇਹ ਸਾਰੀ ਆਪਣੀ ਚੋਲਿਸਤਾਨੀ ਨਸਲ ਹੀ, ਚੋਲਿਸਤਾਨੀ ਦੇ ਵਿੱਚੋਂ ਵਲੈਤੀ ਕ੍ਰਾਸ ਕਰਵਾ ਕੇ ਨਾ, ਇਹ ਦੋਗਲੀ ਨਸਲ ਹੈ ਇਸ ਟਾਈਮ। ਅੱਗੇ ਜਾ ਕੇ ਦਿਖਾਉਂਦੇ ਹਾਂ, ਡੌਗਸ ਵੀ ਹੈ ਨੇ ਸ਼ੌਕ,
ਉਤਰਾ ਭਾਈ ਦਾ ਉਹ ਵੀ ਦਿਖਾਣੇ ਆ ਇਹ ਵਾਲਾ ਸਾਹਿਬ ਦਾ ਸ਼ੌਕ ਇਹਨਾਂ ਨੇ ਹਾਂਜੀ ਜਿਹੜਾ ਆਪਣਾ ਜ਼ਿੰਦਾ ਰਿਹਾ ਇਸ ਟਾਈਮ ਆਪਾਂ ਉਤਰਾ ਭਾਈ ਦੇ ਜਿਹੜਾ ਡੌਗਸ ਵਾਲਾ ਸ਼ੌਕ ਆ ਉਹ ਵੀ ਦੇਖਣ ਲੱਗੇ ਆ ਉਤਰਾ ਭਾਈ ਇਹ ਕਿਹੜੀ ਨਸਲ ਆ ਜੀ ਇਹ ਜੀ ਗੱਦੀ ਨਸਲ ਹੈ ਅੱਛਾ ਜੀ ਇਹ ਅਫਗਾਨਿਸਤਾਨ ਤੋਂ ਆਇਆ ਜਿਹੜਾ ਬਾਹਰ ਖੜਾ ਹੈ ਇਹ ਜਿਹੜਾ ਇਧਰ ਹਾਂਜੀ ਇਹ ਪਠਾਨ ਇੱਕ ਦੋਸਤ ਸੀ ਬਾਰਡਰ ਕਰਵਾਇਆ ਜੀ ਇਹਨਾਂ ਨੇ ਮਾਸ਼ਾਅੱਲਾ ਖੂਬਸੂਰਤ ਜਾਨਵਰ ਆ ਤੇ ਇਹਨੇ ਬਰੀਡ ਕੀਤੀ ਹੈ ਜੀ ਨਹੀਂ ਜੀ ਇਹ ਹਾਂਜੀ ਇਹ ਬੱਚਾ ਇਹਦਾ ਹੀ ਹੈ ਅੱਛਾ ਅੱਛਾ ਇਹ ਵੀ ਗੱਦੀ ਉਹ ਵੀ ਗੱਦੀ ਇਹ ਵੀ ਬਾਅਦ ਚ ਫਿਰ ਲਈ ਕਿ ਜੋੜਾ ਹੋ ਜਾਏਗਾ ਚਲੋ ਤੇ ਇਹਦੇ ਬਰੀਡ ਕੇ ਕਰਵਾਵਾਂਗੇ ਠੀਕ ਹੋ ਗਿਆ ਤੇ ਇਹਦਾ ਕ੍ਰਾਸ ਵੀ ਤੁਸੀਂ ਕਿਤੇ ਕੋ ਕਰਵਾਇਆ ਜੀ ਇਹ ਲੈ ਕੇ ਹੋਣਾ ਆ ਅੱਛਾ ਅੱਛਾ ਕੁਝ ਅਰਸਾ ਪਹਿਲਾਂ ਹੀ ਲਿਆਂਦੀ ਕੋਈ ਮਹੀਨਾ ਕੀ ਹੋਇਆ ਠੀਕ ਹੈ ਬੱਚੀ ਵੀ ਛੋਟੀ ਜੀ ਸੀ ਉਦੋਂ ਆ ਮਾਸ਼ਾਅੱਲਾ ਦੇਖੋ ਜੀ ਮਾਸ਼ਾਅੱਲਾ ਨਾਲ ਬੱਚੀ ਮਾਸ਼ਾਅੱਲਾ ਬਹੁਤ ਪਿਆਰੀ ਹੈ ਜ਼ਬਰਦਸਤ ਬੈਠੀ ਹੋਈ ਹੈ ਆ ਅਗਲਾ ਸ਼ੈਡ ਅਤਰ ਸਾਹਿਬ ਇਧਰ ਦਿਖਾਓ ਜਰਾ ਸ਼ੈਡ ਮਾਸ਼ਾਅੱਲਾ ਇਧਰਲੀ ਸਾਈਡ ਤੇ ਵੀ ਆ ਜੀ ਪੂਰਾ ਇਧਰਲੀ ਸਾਈਡ ਤੇ ਇਹ ਛੋਟੇ ਜਾਨਵਰ ਜਿਹੜੇ ਉਧਰ ਸਾਈਡ ਤੇ ਛੋਟੇ ਜਾਨਵਰ ਲੈਦਾ ਕਿਤੇ ਹੋਇਆ ਪੂਰਾ ਨਿਜ਼ਾਮ ਮਾਸ਼ਾਅੱਲਾ ਬਿਹਤਰੀਨ ਬਣਿਆ ਹੋਇਆ ਨਿਜ਼ਾਮ ਜਿਹੜਾ ਨਾ ਜੀ ਇਧਰਲੀ ਸਾਈਡ ਤੇ ਇਹ ਤੁਸੀਂ ਦੇਖੋ ਦੋਸਤੋ ਆ ਛੋਟੇ ਜਾਨਵਰਾਂ ਵਾਸਤੇ ਇਧਰ ਤਰਾਬ ਬਈ ਬਣਾਇਆ ਕਿ ਤਾਂ ਕਿ ਕੋਈ ਇਹ ਆਪਣਾ ਲੈਦਾ ਖਾਣ ਪੀਣ ਦਾ ਵੀ ਆਸਾਨੀ ਰਵੇ ਇਹਨਾਂ ਦਾ ਪਾਣੀ ਦਾ ਨਿਜ਼ਾਮ ਇਹਨਾਂ ਦਾ ਵਿੱਚ ਹੀ ਆ ਵਿੱਚ ਹੀ ਉਹ ਐਂਡ ਤੇ ਬਣਿਆ ਅੱਛਾ ਐਂਡ ਦੇ ਵਿੱਚ ਪਾਣੀ ਦਾ ਨਿਜ਼ਾਮ ਟੈਂਕੀ ਬਣੀ ਟੈਂਕੀ ਬਣੀ ਆ ਉੱਥੇ ਪਾਣੀ ਦਾ ਨਿਜ਼ਾਮ ਅੰਦਰ ਹੀ ਮਾਸ਼ਾਅੱਲਾ ਜੀ ਇਧਰ ਸਾਹਿਬ ਇਧਰ ਵੀ ਦਿਖਾਓ ਜੀ ਇਹ ਜਾਨਵਰ ਵੀ ਆ ਜੀ ਹਾਂਜੀ ਇਹ ਵੀ ਕੁਝ ਵੱਡੇ ਜਾਨਵਰ ਜਿਹੜੇ ਨੇ ਜਿਹੜੇ ਦੁੱਧ ਦੇ ਰਹੇ ਨੇ ਅੱਛਾ ਇਹ ਦੁੱਧ ਵਾਲੇ ਜਿਹੜੇ ਹਾਂਜੀ ਇਹ ਫਿਰ ਅਸੀਂ ਨਹੀਂ ਭੇਜਦੇ ਵੀ ਕਿਉਂਕਿ ਦੁੱਧ ਵਾਲੇ ਜਾਨਵਰ ਜਿਹੜੇ ਨੇ ਉਹ ਗਰਮੀ ਹੁਣ ਸ਼ੁਰੂ ਹੋ ਗਈ ਗਰਮੀ ਸ਼ੁਰੂ ਹੋ ਗਈ ਦੁੱਧ ਕੰਮ ਕਰ ਜਾਂਦੇ ਨੇ ਖੁਸ਼ਕ ਹੈ ਨਾ ਹਾਂਜੀ 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 ਆ ਵਿੱਚ ਕਬੂਤਰ ਦਾ ਵੀ ਥੋੜਾ ਬਹੁਤ ਹਾਂਜੀ ਕਬੂਤਰ ਹੈ ਨੇ ਜੀ ਬਸ ਹੁਣ ਤੇ ਉਹ ਵਿੱਚ ਲੋ ਇਹ ਸਾਰੀ ਸਾਡੀ ਰਵਾਇਤ ਜਿਹੜੀ ਚੋਲਸਤਾਨ ਵਾਲੀ ਨਸਲ ਆ ਵਿੱਚ ਮਿਕਸ ਬਰੀਡ ਆ ਹਾਂਜੀ ਤੇ ਇਹ ਦੋਸਤਾਂ ਨੂੰ ਇੱਕ ਸਾਡਾ ਅਸੀਂ ਲੈ ਕੇ ਆਂਦਾ ਉਹ ਇੰਡੀਅਨ ਕਹਿ ਲੋ ਜਾਂ ਬ੍ਰਾਜ਼ੀਲ ਦਾ ਕਹਿ ਲੋ ਅੱਛਾ ਉਹ ਬੱਚਾ ਹੈ ਅੱਛਾ ਜੀ ਬ੍ਰਾਹਮਣ ਠੀਕ ਹੈ ਲਿਆਈ ਉਰੇ ਦਿਖਾਉਂਦੇ ਆ ਦੋਸਤਾਂ ਨੂੰ ਜੀ ਬੱਚਾ ਲੈ ਕੇ ਨਸਲ ਆ ਜੀ ਹਾਂ ਅੰਦਰ ਲਿਆ ਇਹ ਨਸਲ ਬਾਰੇ ਤਰਾ ਭਾਈ ਦੱਸ ਰਹੇ ਨੇ ਇਹ ਕਿਹੜੀ ਨਸਲ ਹੈ ਜੀ ਇਹ ਜੀ ਬ੍ਰਾਹਮਣ ਨਸਲ ਹੈ ਅੱਛਾ ਜੀ ਬੜੇ ਕੰਨ ਤੇ ਉਹ ਬੜੇ ਬੜੇ ਕੰਨ ਨੇ ਇਹਦੇ ਹਾਂਜੀ ਅੱਛਾ ਅੱਛਾ ਬਸ ਉਹ ਜਾਨਵਰ ਵਾਸਤੇ ਬੜਾ ਅੱਛੀ ਹੈ ਦੁੱਧ ਗਾਈਆਂ ਦੇ ਬੱਚੇ ਨੇ ਜੀ ਅੱਛਾ ਜੀ ਬਛੜੇ ਛੋਟੇ ਜਿਹੜੇ ਲਿਆਰੇ ਜਿਨ੍ਹਾਂ ਨੂੰ ਦੁੱਧ ਪਿਲਾਈਦਾ ਦੁੱਧ ਪਿਲਾਈਦਾ ਜਿਹੜੀ ਤਾਜ਼ੇ ਕਹਿ ਲੋ ਕਿ ਸੋਏ ਆ ਤਾਜ਼ੇ ਸੋਏ ਜਾਨਵਰ ਉਹਨਾਂ ਦੀ ਆ ਦੇਖੋ ਜੀ ਹਾਂਜੀ ਇਹ ਸਾਰੇ ਛੋਟੇ ਬੱਚੇ ਜਿਹੜੇ ਦੁੱਧ ਪੀਣ ਵਾਲੇ ਆ ਉਧਰ ਜਿਹੜੇ ਉਹ ਆ ਜਿਹੜੇ ਪੱਠੇ ਖਾਣ ਵਾਲੇ ਬੱਚੇ ਲੈਦਾ ਰੱਖੇ ਆ ਜੀ ਇਧਰ ਦੁੱਧ ਵਾਲੇ ਬੱਚੇ ਲੈਦਾ ਰੱਖੇ ਆ ਮਾਸ਼ਾਅੱਲਾ ਨਿਜ਼ਾਮ ਤੇ ਹੋਇਆ ਨਾ ਕਿ ਹਰ ਚੀਜ਼ ਲੈਦਾ ਲੈਦਾ ਮੈਨੇਜ ਪੂਰੀ ਹਾਂਜੀ ਇਹ ਤੁਸੀਂ ਆਵਾਜ਼ਾਂ ਸੁਣਾ ਰਹੇ ਹੋ ਇਹਦਾ ਵੀ ਅੰਦਰ ਇੰਤਜ਼ਾਮ ਇਹਨਾਂ ਦਾ ਪਾਣੀ ਦਾ ਅੰਦਰ ਇੰਤਜ਼ਾਮ ਮਤਲਬ ਸਭ ਅਸਰਾ ਦਿਖਾਣਾ ਇਧਰਲੀ ਸਾਈਡ ਤੇ ਇਹ ਦੇਖੋ ਅੰਦਰ ਹੌਦੀ ਬਣੀ ਆ ਪਾਣੀ ਖੁਰਲੀਆਂ ਅੰਦਰ ਪਈਆਂ ਵਾ ਤੇ ਇਹਨਾਂ ਦੁੱਧ ਵੀ ਪੀਣੀ ਆ ਇਧਰਲੀ ਸਾਈਡ ਤੇ ਆ ਇਹ ਬੱਕਰੀਆਂ ਨੇ ਜੀ ਬੱਕਰੀਆਂ ਵੀ ਚਰਾਈ ਤੇ ਗਈਆਂ ਬੱਕਰੀਆਂ ਵੀ ਚਰਾਈ ਤੇ ਗਈਆਂ ਤੇ ਇਸ ਟਾਈਮ ਇਧਰ ਆ ਲੇਲੇ ਜਿਹੜੇ ਆ ਆ ਜਿਹੜੇ ਛੋਟੇ ਜਾ ਇਹਨਾਂ ਦੇ ਆ ਫਿਰਦੇ ਪਏ ਆ ਜਿਹੜੀਆਂ ਸੂਈਆਂ ਹੋਣਗੀਆਂ ਉਹਨਾਂ ਦੇ ਬੱਚੇ ਆ ਫਿਰਦੇ ਪਏ ਬਾਕੀ ਬੱਕਰੀਆਂ ਚਰਾਈ ਤੇ ਗਈਆਂ ਤੇ ਆ ਨਿਜ਼ਾਮ ਦੇਖੋ ਤੁਸੀਂ ਬਣਿਆ ਇਧਰਲੀ ਸਾਈਡ ਤੋਂ ਉਹਨਾਂ ਦਾ ਵੀ ਬੜਾ ਛੜਾ ਬਣਿਆ ਬੜਾ ਜ਼ਬਰਦਸਤ ਇਹ ਪੇੜ ਦਾ ਬੱਚਾ ਹੈ ਬਾਕੀ ਬੱਕਰੀਆਂ ਦੇ ਲੋ ਜੀ ਦੋਸਤੋ ਆ ਦਿਖਾਈਏ ਤੁਹਾਨੂੰ ਉਤਰ ਸਾਹਿਬ ਰਾਈਡ ਕਰਨ ਲੱਗੇ ਨੇ ਕਹਿੰਦੇ ਕਿ ਮੈਂ ਰਾਈਡ ਕਰਨੀ ਹੈ ਤੇ ਤੁਹਾਨੂੰ ਬਹਿਣ ਦਾ ਇਹਨਾਂ ਦਾ ਸੀਨ ਦਿਖਾਉਂਦੇ ਨੇ ਇਹ ਲੋ ਜੀ ਇਹ ਤਾਂ ਜੰਗ ਫਤਿਹ ਕਰਨ ਵਾਲਾ ਸਾਹਿਬ ਹੀ ਬਣਿਆ ਖੜਾ ਉਤਰ ਵਾਸਤੇ ਤਾਂ ਚੜ ਗਿਆ ਜੀ ਚੜ ਗਿਆ ਜਵਾਨ ਘੋੜੀ ਤੇ ਚੜ ਗਿਆ ਜ਼ਬਰਦਸਤ ਹਾਂਜੀ ਉਤਰ ਸਾਹਿਬ ਮਜ਼ਾ ਆ ਰਿਹਾ ਦੋਸਤੋ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਨਾ ਤੇ ਅਤਰ ਸਾਹਿਬ ਵੇਖੋ ਕਿਵੇਂ ਮਿਹਨਤ ਕਰ ਰਹੇ ਨੇ ਆ ਵੀਡੀਓ ਬਣਵਾ ਰਹੇ ਨੇ ਤੇ ਮਾਸ਼ਾਅੱਲਾ ਸੀਨ ਵੀ ਤੁਸੀਂ ਦੇਖ ਲਓ ਕਿੱਡਾ ਸੋਹਣਾ ਜੀ ਲਓ ਜੀ ਰਾਈਡ ਐਂਡ ਹੋ ਗਈ ਆ ਤੇ ਅਤਰ ਸਾਹਿਬ ਗਏ ਨੇ ਉੱਤਰ ਲਓ ਜੀ ਦੋਸਤੋ ਮੈਂ ਕਿਹਾ ਮੈਂ ਵੀ ਰਾਈਡ ਕਰ ਲਵਾਂ ਹਿੰਮਤ ਕਰਕੇ ਬਹਿ ਗਿਆ ਮੈਂ ਕਿਹਾ ਦੋਸਤਾਂ ਨੂੰ ਸ਼ੌਕ ਦਿਖਾਈਏ ਬੜਾ ਜ਼ਬਰਦਸਤ ਆ ਜੀ ਇਹ ਦੇਖੋ ਜੀ ਮਜ਼ਾ ਆ ਰਿਹਾ ਪੂਰਾ ਮੈਂ ਕਿਹਾ ਆ ਕੇ ਨਜ਼ਾਰਾ ਤੇ ਫਿਰ ਲੁੱਟੀਏ ਨਾ ਜੇ ਆਏ ਆ ਤੇ ਰਾਈਡ ਉੱਤਰ ਨਹੀਂ ਕੀਤੀ ਮੇਰੇ 'ਚ ਵੀ ਹੌਸਲਾ ਆ ਗਿਆ ਮੈਂ ਕਿਹਾ ਮੈਂ ਵੀ ਹੁਣ ਕਰ ਹੀ ਲਵਾਂ ਜੀ ਤੇ ਬੜਾ ਫਿੱਟ ਮਾਹੌਲ ਹੈ ਉੱਤਰ ਸਾਹਿਬ ਅਤੇ ਕਿਆ ਸੀਨ ਆ ਜੀ ਮਜ਼ੇਦਾਰ ਮਾਹੌਲ ਹੈ ਲਓ ਜੀ ਦੋਸਤੋ ਰਾਣੀ ਦਾ ਨਖਰਾ ਚੈੱਕ ਕਰੋ ਮਾਸ਼ਾਅੱਲਾ ਅਸੀਂ ਕਿਹਾ ਅਸੀਂ ਵੀ ਰਾਣੀ ਦੇ ਨਾਲ ਤੁਹਾਨੂੰ ਦਿਖਾਈਏ ਵੀਡੀਓ ਅਤੇ ਮਾਸ਼ਾਅੱਲਾ ਕਿੱਡੀ ਸੋਹਣਾ ਜਾਨਵਰ ਆ ਬਹੁਤ ਸੋਹਣਾ ਜਾਨਵਰ ਆ ਜੀ ਮਾਸ਼ਾਅੱਲਾ ਨਖਰਾ ਵੀ ਇਹਦਾ ਆਪਦਾ ਹੀ ਆ ਜੀ ਇਹ ਤਰਾ ਭਾਈ ਦਾ ਸ਼ੌਕ ਮੈਨੂੰ ਬਹੁਤ ਸਭ ਤੋਂ ਜਾਨਵਰਾਂ 'ਚ ਸੋਹਣਾ ਜਿਹੜਾ ਲੱਗਾ ਨਾ ਜੀ ਇਹ ਰਾਣੀ ਦਾ ਮਾਸ਼ਾਅੱਲਾ ਕੱਦ ਕਾਠ ਅਤੇ ਰੂਪ ਬਹੁਤ ਜ਼ਬਰਦਸਤ ਆ ਜੀ ਲਓ ਜੀ ਦੋਸਤੋ ਬਸ ਅਸੀਂ ਇਹ ਦਿਖਾਈਏ ਤਰਾ ਭਾਈ ਰਾਈਡ ਕਰਨ ਲੱਗੇ ਨੇ ਜ਼ਰਾ ਉਹਨੂੰ ਕਹਿ ਲਓ ਕਿ ਪਿਆਰ ਕਰਕੇ ਇੱਕ ਵਾਰੀ ਸਕੂਨ ਨਾਲ ਕਿਉਂਕਿ
ਸਾਨੂੰ ਪਤਾ ਕਿ ਅਸੀਂ ਆਏ ਹਾਂ ਜਾਣ ਬੰਦਾ ਜਦੋਂ ਕੋਈ ਵੀ ਆਉਂਦਾ ਇੱਕ ਵਾਰੀ ਜਾਨਵਰ ਜ਼ਰਾ ਥੋੜ੍ਹਾ ਜਿਹਾ ਉਸ ਹਿਸਾਬ ਨਾਲ ਕਰਦਾ ਨਖਰਾ ਲਓ ਜੀ ਤਰ੍ਹਾਂ ਬਾਈ ਬੈਠ ਗਏ ਨੇ ਅਤੇ ਹੁਣ ਸਾਨੂੰ ਰਾਈਡ ਕਰਕੇ ਵੀ ਦਿਖਾਉਣਗੇ ਰਾਣੀ ਦੀ ਮਾਸ਼ਾਅੱਲਾ ਇਹ ਦੇਖੋ ਜੀ ਦੇਖੋ ਜੀ ਨਿਜ਼ਾਮ ਰਾਣੀ ਦਾ ਮਾਸ਼ਾਅੱਲਾ ਕਿਆ ਖੂਬਸੂਰਤ ਆ ਜੀ ਤੱਕੋ ਨਜ਼ਾਰਾ ਦੋਸਤੋ ਤੁਹਾਡੇ ਵਾਸਤੇ ਅੱਜ ਦੀ ਸਪੈਸ਼ਲ ਵੀਡੀਓ ਆ ਤੱਕੋ ਨਜ਼ਾਰਾ ਇਹ ਚੈੱਕ ਕਰੋ ਤਰ੍ਹਾਂ ਬਾਈ ਰਾਈਡ ਕਰ ਰਹੇ ਨੇ ਅਤੇ ਉੱਧਰਲੀ ਸਾਈਡ 'ਤੇ ਆਹ ਬਾਈ ਜਿਹੜੇ ਨਾ ਉਹ ਵੀ ਬੈਠ ਰਹੇ ਨੇ ਉਹ ਆਪਣੇ ਜਾਨਵਰ ਲੈ ਕੇ ਅੱਗੇ ਜਾ ਰਹੇ ਨੇ ਇਹ ਪੂਰੀ ਹੋਰਸ ਰਾਈਡਿੰਗ ਇੱਥੇ ਹੋ ਰਹੀ ਹੈ ਜੀ ਇਹ ਸੀਨ ਚੈੱਕ ਕਰੋ ਜੀ ਤੱਕੋ ਨਜ਼ਾਰਾ ਜੀ ਇਹ ਦੇਖੋ ਜੀ ਇਹ ਦੋਸਤੋ ਤੁਸੀਂ ਦੇਖੋ ਅਸੀਂ ਕਿਹਾ ਤਰਾ ਭਾਈ ਨੂੰ ਕਿਹਾ ਤਰਾ ਰਾਈਡ ਕਰਕੇ ਦਿਖਾਓ ਸਾਨੂੰ ਰਾਣੀ ਦੀ ਅਤੇ ਬਾਕੀ ਜਾਨਵਰਾਂ ਦੀ ਦੇਖੋ ਜੀ ਇਹ ਆਪਣੇ ਆਪਣੇ ਜਾਨਵਰਾਂ ਦੀ ਹਰ ਬੰਦੇ ਨੂੰ ਹੁੰਦਾ ਜੀ ਉਹਦਾ ਮਾਣ ਉਸ ਆਪਣੇ ਜਾਨਵਰ 'ਤੇ ਉਹ ਹੱਥੇ ਲੱਗਾ ਹੁੰਦਾ ਜੀ ਬਾਈ ਹੁਣਾਂ ਨੇ ਆਪਣੇ ਜਾਨਵਰ ਇਹ ਬਾਕੀ ਦੂਸਰੇ ਜਿਹੜੇ ਅੱਗੇ ਤੁਹਾਨੂੰ ਦਿਖਾਏ ਸੀ ਉਹ ਖਲੋਤੇ ਨੇ ਇਹ ਦੇਖੋ ਜ਼ਰਾ ਇਹ ਆ ਰਹੇ ਨੇ ਜੀ ਕਿਆ ਬਾਤ ਹੈ ਜੀ ਦੇਖੋ ਰਾਣੀ ਦਾ ਨਖਰਾ ਜੀ ਅੱਜ ਗੱਡੀਆਂ ਮੋਟਰਸਾਈਕਲਾਂ ਜੀਪਾਂ ਦੇ ਦੌਰ 'ਚ ਘੋੜੇ ਦੀ ਰਾਈਡ ਦਾ ਫਿਰ ਆਪਣਾ ਹੀ ਸਵਾਦ ਹੈ ਜੀ ਮਾਸ਼ਾਅੱਲਾ ਜੀ ਅੱਲਾ ਪਾਕ ਨੇ ਬਹੁਤ ਸੋਹਣਾ ਨਿਜ਼ਾਮ ਤੁਹਾਡਾ ਚਲਾਇਆ ਹੋਇਆ ਤੇ ਤੁਸੀਂ ਬੜਾ ਅੱਛੇ ਤਰੀਕੇ ਨਾਲ ਇਹਨੂੰ ਮੈਨੇਜ ਕੀਤਾ ਬੈਠਾ ਕੋਈ ਦੁਬਈ ਬੈਠਾ ਕੋਈ ਯੂਕੇ ਬੈਠਾ ਕੋਈ USA ਬੈਠਾ ਚੜ੍ਹਦੇ ਪੰਜਾਬ 'ਚ ਸਾਡੇ ਬੜੇ ਭਰਾ ਜਿਹੜੇ ਉੱਥੋਂ ਬਾਹਰ ਬੈਠੇ ਨੇ ਇਹ ਖੁਆਇਸ਼ ਆ ਉਹਨਾਂ ਦੀਆਂ ਕਿ ਅਸੀਂ ਇੱਦਾਂ ਦੇ ਮਾਹੌਲ 'ਚ ਆ ਕੇ ਜਿਹੜਾ ਨਾ ਇਹ ਨਿਜ਼ਾਮ ਦੇਖੀਏ ਵਾਸਤੇ ਅਸੀਂ ਜਾ ਕੇ ਇਹ ਚੀਜ਼ ਕਵਰ ਕਰਦੇ ਉਹਨਾਂ ਨੂੰ ਦਿਖਾਉਂਦੇ ਹਾਂ ਅਤੇ ਵੀਡੀਓ ਰਾਹੀਂ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਅਸੀਂ ਉਹਨਾਂ ਦਾ ਸ਼ੌਕ ਪੂਰਾ ਉਹਨਾਂ ਨੂੰ ਵੀ ਕਰਵਾਉਂਦੇ ਹਾਂ ਵੀਡੀਓ ਦੇ ਕਿ ਉਹ ਚਲੋ ਦੇਖ ਕੇ ਆਪਣਾ ਸ਼ੌਕ ਆਪਣਾ ਜਿਹੜਾ ਨਾ ਪੂਰਾ ਕਰ ਸਕਣ ਅਤੇ ਤਰਾਬ ਭਾਈ ਕੋ ਇਜਾਜ਼ਤ ਲਾਂਗੇ ਜੀ ਇੱਥੇ ਬਹੁਤ ਅੱਛਾ ਲੱਗਾ ਇਹਨਾਂ ਨਾਲ ਮਿਲ ਕੇ ਅਤੇ ਮਹਿਮਾਨ ਨਵਾਜ਼ੀ ਇਹਨਾਂ ਦੇ ਇਹਨਾਂ ਨੇ ਸਾਨੂੰ ਆਪਣਾ ਕੀਮਤੀ ਟਾਈਮ 'ਚੋਂ ਆਪਣਾ ਟਾਈਮ ਦਿੱਤਾ ਬਹੁਤ ਇਹਨਾਂ ਦਾ ਸ਼ੁਕਰੀਆ ਤਰਾਬ ਭਾਈ ਅਤੇ ਬਹੁਤ ਸਾਨੂੰ ਚੰਗਾ ਲੱਗਾ ਜੀ ਤੁਹਾਡੇ ਕੋਲ ਆ ਕੇ ਅਤੇ ਤੁਸੀਂ ਆਪਣੇ ਕੀਮਤੀ ਟਾਈਮ 'ਚੋਂ ਟਾਈਮ ਦਿੱਤਾ ਅਤੇ ਇਨਫੋਰਮੇਸ਼ਨ ਸ਼ੇਅਰ ਕੀਤੀ ਦੇਖਣ ਵਾਲਿਆਂ ਨਾਲ ਭਾਈ ਉਹਨਾਂ ਕੋਲ ਵੀ ਇਜਾਜ਼ਤ ਲਾਂਗੇ ਜੀ ਸਾਰਿਆਂ ਨਾਲ ਜੀ ਅਤੇ ਇਨਸ਼ਾਅੱਲਾ ਜਾ ਕੇ ਵੀਡੀਓ ਅੱਛੀ ਲੱਗੇ ਅਤੇ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਅਤੇ ਮਿਲਦੇ ਹਾਂ ਇੱਕ ਨਵੇਂ ਵਲੌਗ ਦੇ ਨਾਲ ਅੱਲਾ ਹਾਫਿਜ਼ ਜੀ।